ਸਾਤਰੀਅ ਕਾਲਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆਂ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ ਅਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਨੂੰ ਦੱਸਾਂਗੇ ਪੰਜਾਬ ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ ਸ਼ੁਰੂਆਤ ਪੰਜਾਬ ਦੀਆਂ ਖਾਸ ਖਬਰਾਂ ਤੋਂ ਕਰਾਂਗੇ ਪਰ ਉਸ ਤੋਂ ਵੀ ਪਹਿਲਾਂ ਅਸੀਂ ਮਾਫੀ ਚਾਹਾਂਗੇ ਦੇਰੀ ਦੇ ਨਾਲ ਖਬਰਾਂ ਤੁਹਾਡੇ ਤੱਕ ਲੈ ਕੇ ਆਉਣ ਦੇ ਲਈ ਕਿਸੇ ਨਿੱਜੀ ਰੁਝੇਵੇਂ ਕਰਕੇ ਅੱਜ ਖਬਰਾਂ ਦੇ ਵਿੱਚ ਦੇਰੀ ਹੋ ਗਈ ਹੈ ਸਭ ਤੋਂ ਪਹਿਲਾਂ ਮੌਸਮ ਦੀ ਖਬਰ ਤੁਹਾਨੂੰ ਦੱਸਾਂਗੇ ਚੰਡੀਗੜ੍ਹ ਮੌਸਮ ਵਿਭਾਗ ਦੇ ਮੁਤਾਬਿਕ 18 ਤੋਂ 20 ਫਰਵਰੀ ਤੱਕ ਪੰਜਾਬ ਸੂਚਕ ਰਹੇਗਾ ਜਦ ਕੇ 21 ਫਰਵਰੀ ਨੂੰ ਮਾਝਾ ਦੁਆਬਾ ਤੇ ਪੂਰਬੀ ਮਾਲਵਾ ਦੇ ਵਿੱਚ ਕਿਤੇ ਕਿਤੇ ਕਿਣਮਣ ਦੀ ਸੰਭਾਵਨਾ ਹੈ ਹਾਲਾਂਕਿ ਪੱਛਮੀ ਮਾਲਵਾ ਦੇ ਵਿੱਚ ਮੌਸਮ ਖੁਸ਼ਕ ਰਹੇਗਾ ਪੰਜਾਬ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਦੇ ਵਿੱਚ 9 ਡਿਗਰੀ ਸੈਲਸੀਅਸ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਸਵੇਰੇ ਦੇ ਵਿੱਚ ਰੋਜ਼ਾਨਾ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਹੈ ਅਗਲੇ 5 ਦਿਨਾਂ ਦੌਰਾਨ ਘੱਟੋ ਘੱਟ ਤਾਪਮਾਨ ਦੇ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ ਇੱਕ ਤਾਜ਼ਾ ਪੱਛਮੀ ਗੜਬੜੀ 18 ਫਰਵਰੀ ਤੋਂ ਪੱਛਮੀ ਹਿਮਾਲਿਆਨ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਗਲੀ ਖਬਰ ਹੈ ਭਾਰਤੀ ਗ੍ਰਹਿ ਮੰਤਰਾਲੇ ਨੇ ਮੁਲਕ ਦੇ 6 ਸੂਬਿਆਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ 10 ਸੰਵੇਦਨਸ਼ੀਲ ਅਦ ਬੰਦ ਕਰਨ ਦਾ ਐਲਾਨ ਕੀਤਾ ਹੈ ਕੇਂਦਰ ਨੇ ਕਿਹਾ ਕਿ ਇਹਨਾਂ ਸੰਵੇਦਨਸ਼ੀਲ ਆਦਾਰਿਆਂ ਦੇ ਆਹਾਤੇ ਦੇ ਵਿੱਚ ਕੀਤੀਆਂ ਜਾਣ ਵਾਲੀਆਂ ਕੁਝ ਗਤੀਵਿਧੀਆਂ ਤੇ ਭਾਰਤ ਦੇ ਦੁਸ਼ਮਣਾਂ ਦੀ ਅੱਖ ਹੋ ਸਕਦੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਧਿਕਾਰਿਤ ਸੀਕਰੇਟਸ ਐਕਟ ਤਹਿਤ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਤੇਲੰਗਾਨਾ ਰਾਜਸਥਾਨ ਛੱਤੀਸਗੜ੍ਹ ਮੱਧ ਪ੍ਰਦੇਸ਼ ਬਿਹਾਰ ਕੇਰਲਾ ਤੇ ਅੰਡੇਮਾਨ ਤੇ ਨਿਕੋਬਰ ਟਾਪੂਆਂ ਦੇ ਵਿੱਚ ਇਹ ਸੰਵੇਦਨਸ਼ੀਲ ਆਦਾਰੇ ਹਨ ਪੰਜਾਬ ਹਰਿਆਣਾ ਵਰਗੇ ਸੂਬੇ ਇਸ ਨੋਟੀਫਿਕੇਸ਼ਨ ਚੋਂ ਬਾਹਰ ਨੇ ਵੀਰਵਾਰ ਨੂੰ 4 ਲੱਖ ਦੀ ਰਿਸ਼ਵਤ ਮਾਮਲੇ ਦੇ ਵਿੱਚ ਫੜੇ ਗਏ ਬਠਿੰਡਾ ਹਲਕਾ ਦਿਹਾਤੀ ਦੇ ਵਿਧਾਇਕ ਦੇ ਪੀਏ ਰਿਸ਼ਮ ਗਰਗ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸ਼ੁੱਕਰਵਾਰ ਨੂੰ ਵਿਜੀਲੈਂਸ ਦੀ ਮੰਗ ਤੇ ਪ੍ਰਾਈਵੇਟ ਪੀਏ ਨੂੰ 20 ਫਰਵਰੀ ਤੱਕ ਪੁਲਿਸ ਰਿਮਾਨ ਤੇ ਭੇਜ ਦਿੱਤਾ ਗਿਆ ਹਾਲਾਂਕਿ ਅਦਾਲਤ ਦੇ ਵਿੱਚ ਵਿਜੀਲੈਂਸ ਨੇ 7 ਦਿਨਾਂ ਦਾ ਰਿਮਾਨਡ ਮੰਗਿਆ ਸੀ ਇਸ ਦਰਮਿਆਨ ਵਿਜੀਲੈਂਸ ਅਧਕਾਰੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਦੀ ਜਾਂਚ ਦੌਰਾਨ ਹਲਕਾ ਦਿਹਾਤੀ ਦੇ ਵਿਧਾਇਕ ਦੇ ਰੋਲ ਬਾਰੇ ਉਹ ਕੁਝ ਨਹੀਂ ਕਹਿ ਸਕਦੇ ਉਧਰ ਵਿਰੋਧੀ ਪਾਰਟੀਆਂ ਨੇ ਇਮਾਨਦਾਰ ਛਵੀ ਵਾਲੀ ਆਪ ਸਰਕਾਰ ਨੂੰ ਇਸ ਮਸਲੇ ਤੇ ਚੰਗਾ ਘੇਰਾ ਪਾਇਆ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਵਿਚਾਰ ਰਹੀ ਹੈ ਉਹਨਾਂ ਅਰਵਿੰਦ ਕੇਜੀਵਾਲ ਤੇ ਭਗਵੰਤ ਮਾਨ ਤੋਂ ਤਿੱਖਾ ਸਵਾਲ ਪੁੱਛਦਿਆਂ ਕਿਹਾ ਕਿ ਰਿਸ਼ਵਤਖੋਰੀ ਦੇ ਦੋਸ਼ ਵਿੱਚ ਰੰਗੇ ਹੱਥ ਮੌਕੇ ਤੋਂ ਫੜੇ ਗਏ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਨੂੰ ਕੀ ਤੁਸੀਂ ਇਸ ਕਰਕੇ ਵਿਚਾਰ ਰਹੇ ਹੋ ਕਿ ਰਿਸ਼ਵਤ ਦਾ ਪੈਸਾ ਤੁਹਾਡੇ ਕੋਲ ਵੀ ਪਹੁੰਚਦਾ ਹੈ ਸੁਖਬੀਨ ਨੇ ਦੱਸਿਆ ਕਿ ਇਸੇ ਅਮਿਤ ਰਤਨ ਨੇ ਅਕਾਲੀ ਦਲ ਦੇ ਵਿੱਚ ਹੁੰਦਿਆਂ ਵੀ ਠੱਗੀਆਂ ਮਾਰੀਆਂ ਸਨ ਇਸੇ ਕਰਕੇ ਜਾਂਚ ਕਰਵਾਈ ਗਈ ਜਿਸ ਤੋਂ ਬਾਅਦ ਇਹਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਤੇ ਹੁਣ ਆਮ ਆਦਮੀ ਪਾਰਟੀ ਨੇ ਇਸ ਭ੍ਰਿਸ਼ਟ ਬੰਦੇ ਨੂੰ ਵਿਧਾਇਕ ਇਕ ਬਣਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਸ ਨੂੰ ਪੈਸਾ ਖਾਣ ਦੀ ਆਦਤ ਹੈ ਤੇ ਹੁਣ ਵੀ ਇਹਦੇ ਖਿਲਾਫ ਪੈਸਾ ਖਾਣ ਦੇ ਸਾਰੇ ਸਬੂਤ ਨੇ ਆਮ ਆਦਮੀ ਸਰਕਾਰ ਜਿਹੜੀ ਪੰਜਾਬ ਚ ਆਈ ਹੈ ਉਹਨਾਂ ਨੇ ਕੀ ਕਿਹਾ ਸੀ ਉਹ ਸਰਕਾਰ ਬੰਦ ਤੋਂ ਪਹਿਲੇ ਕਿ ਸਾਡੀ ਇੱਕ ਮਾਮੰਦਾਰ ਪਾਰਟੀ ਹੈ ਮਾਮੰਦਾਰ ਸਾਡੇ ਐਮਐਲਏ ਹੈ ਤੇ ਹੋ ਕੀ ਰਿਹਾ ਲਗਾਤਾਰ ਹਰ ਮਹੀਨੇ ਕੋਈ ਨਾ ਕੋਈ ਇਹਨਾਂ ਦਾ ਮੰਤਰੀ ਕੋਈ ਨਾ ਕੋਈ ਉਹਨਾਂ ਦਾ ਐਮਐਲਏ ਫੜਿਆ ਜਾ ਰਿਹਾ ਤੇ ਨਾਲੇ ਫਿਰ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਅਮਿਤ ਰਤਨ ਜਿਹੜਾ ਰੰਗੇ ਹੱਥ ਫੜਿਆ ਗਿਆ ਕੱਲ ਜਿਹੜੇ ਸਰਪੰਚ ਉਸ ਪਿੰਡ ਦਾ ਬਿਲਕੁਲ ਦੇ ਪਿੰਡ ਦਾ ਸਰਪੰਚ ਨੇ ਆਪ ਕਿਹਾ ਕਿ 25 ਲੱਖ ਦੀ ਗ੍ਰਾਂਟ ਵਿੱਚੋਂ 5 ਲੱਖ ਉਹਨੇ ਮੰਗਿਆ ਉਹਨੇ ਸਾਰੀ ਰਿਕਾਰਡਿੰਗ ਕੀਤੀ ਤੇ ਉਹਨੇ ਆਪਣੀ ਦਰਖਾਸਤ ਵਿੱਚ ਵੀ ਕਿਹਾ ਤੇ ਜਦੋਂ ਰੇਡ ਪਈ ਬਿਜਲਸ ਦੀ ਅਮਿਤ ਰਤਨ ਵੀ ਉੱਥੇ ਸੀ ਤੇ ਹੁਣ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਆ ਅਮਿਤ ਰਤਨ ਉਹ ਹੈ ਜਿਹਨੂੰ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ 'ਚੋਂ ਕੱਢਿਆ ਸੀ ਕਿਉਂਕਿ ਉਹਨੇ ਠੱਗੀਆਂ ਮਾਰੀਆਂ ਸੀ ਅਸੀਂ ਆਪਣੀ ਪਾਰਟੀ ਦੀ ਇੱਕ ਹਾਈਪਾਰਡ ਕਮੇਟੀ ਮਲੂਕਾ ਸਾਹਿਬ ਦੀ ਅਗਵਾਈ ਥਲੇ ਬਣਾਈ ਸੀ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਵੀ ਆਮ ਆਦਮੀ ਪਾਰਟੀ ਨਿਸ਼ਾਨੇ ਸਾਧੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ਦੀ ਸਰਕਾਰ ਚਲਾ ਰਹੀ ਹੈ 11 ਮਹੀਨਿਆਂ ਦੇ ਵਿੱਚ ਭਗਵੰਤ ਮਾਨ ਸਰਕਾਰ ਸਭ ਤੋਂ ਵੱਡੀ ਬੇਈਮਾਨ ਸਰਕਾਰ ਬਣ ਕੇ ਉੱਭਰੀ ਹੈ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਦੇ ਦਾਅਵਿਆਂ ਦਾ ਵੀ ਜਵਾਬ ਦਿੱਤਾ ਇਲਜ਼ਾਮ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੰਨੀ ਰਾਕੇਸ਼ ਅਤੇ ਅਸ਼ੋਕ ਦਾ ਸਮਰਥਨ ਕਰਕੇ ਉਹਨਾਂ ਨੂੰ ਮਾਈਨਿੰਗ ਦੇ ਲਾਇਸੈਂਸ ਦਿੱਤੇ ਪ੍ਰਿਸ਼ਟ ਵਿਅਕਤੀਆਂ ਨੂੰ ਰੇਤੇ ਦੀਆਂ ਖੱਡਾਂ ਦਿੱਤੀਆਂ ਸਾਡੇ ਵੱਲੋਂ ਦਿੱਤੇ ਸਬੂਤ ਕੰਗ ਸਾਹਿਬ ਕਹਿੰਦੇ ਪੜ ਲੈਣ ਉਹਨਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ ਪੰਜਾਬ ਦੇ ਲੋਕਾਂ ਦਾ ਪੈਸਾ ਆਪ ਸਰਕਾਰ ਨੇ ਬਾਰੀ ਸੂਬਿਆਂ ਦੀਆਂ ਚੋਣਾਂ ਦੌਰਾਨ ਪ੍ਰਚਾਰ ਤੇ ਖਰਚਿਆ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟ ਕੇ ਇਹ ਦਿੱਲੀ ਵੱਲ ਲੈ ਜਾ ਰਹੇ ਨੇ ਮਜੀਠੀਆ ਨੇ ਦੋ ਠੇਕੇਦਾਰਾਂ ਰਾਕੇਸ਼ ਚੌਧਰੀ ਅਤੇ ਚਾਂਦਲ ਨੂੰ ਠੱਗ ਠੇਕੇਦਾਰ ਦੱਸਦਿਆਂ ਆਪ ਸਰਕਾਰ 'ਤੇ ਇਹਨਾਂ ਦੋਵਾਂ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਖੱਡਾਂ ਦੇ ਠੇਕੇ ਦੇਣ ਦਾ ਇਲਜ਼ਾਮ ਲਾਇਆ। ਕਹਿੰਦੇ ਆਪ ਸਰਕਾਰ ਨੇ ਪਹਿਲਾਂ ਦੋਵੇਂ ਠੇਕੇਦਾਰਾਂ ਦੇ ਲਾਇਸੈਂਸ ਰੱਦ ਕੀਤੇ ਪਰ ਬਾਅਦ ਵਿੱਚ ਸਰਕਾਰ ਨੇ ਖੁਦ ਹੀ ਬਹਾਲ ਕਰ ਦਿੱਤੇ। ਮਜੀਠੀਆ ਨੇ ਦਾਵਾ ਕੀਤਾ ਕਿ ਦੂਸਰੇ ਸੂਬਿਆਂ ਤੋਂ ਆਉਣ ਵਾਲੇ ਰੇਤੇ ਦੀ ਕੀਮਤ ਸੀਮਾਨ ਖੁਦ ਤੈਅ ਕਰਦੇ ਨੇ। ਇਹ ਜੀ ਆਡੀਓ ਹੈ ਜੇ ਮੈਂ ਜਨਤਿਕ ਕਰ ਦਿਆਂ। ਤੇ ਫਿਰ ਬਹੁਤ ਖਤਰਨਾਕ ਕੰਮ ਹੋ ਸਕਦਾ ਮੈਂ ਕਹਿੰਦਾ ਆਪਦੇ ਆਪ ਨੂੰ ਸੈਟੀਸਫਾਈ ਕੀਤਾ ਕੱਟਰ ਇਮਾਨਦਾਰ ਮੁੱਖ ਮੰਤਰੀ ਕਹਿੰਦਾ ਤੇ ਸੈਟੀਸਫਾਈ ਕੀਤਾ ਤੇ ਭਾਈ ਅਜੇ ਤੱਕ ਆਡੀਓ ਕਿਉਂ ਨਹੀਂ ਸੁਣਾਈ ਲੋਕਾਂ ਨੂੰ ਉਹਦੀ ਚਾਰਟ ਸ਼ੀਟ ਦਾ ਕੀ ਬਣਿਆ ਉਹਦੀ ਤਾਂ ਚਾਰਟ ਸ਼ੀਟ ਨਹੀਂ ਫਾਈਲ ਕਰਦੇ ਔਰ ਹਰ ਪ੍ਰੋਗਰਾਮ 'ਚ 26 ਜਨਵਰੀ ਦਾ ਪ੍ਰੋਗਰਾਮ ਹੋਵੇ ਸਰਕਾਰੀ ਪ੍ਰੋਗਰਾਮ ਹੋਵੇ ਇੱਕ ਫੋਟੋ ਮੈਂ ਹਜ਼ਾਰ ਫੋਟੋ ਕੱਢ ਦੇਣਾ ਕਿ ਸਾਰੇ ਮੰਤਰੀਆਂ ਨਾਲ ਤੋਂ ਗਲਬਕੜੀਆਂ ਛੁਪਾ ਰਿਹਾ ਤੇ ਕੀ ਕੱਟਰ ਇਮਾਨਦਾਰ ਲੋਕ ਕਟਰ ਚੋਰਾ ਨੂੰ ਇਤਨਾ ਜੱਫੀਆਂ ਪਾਉਂਦੇ ਨੇ ਆ ਫੋਟੋਆਂ ਵਿਖਾ ਦੇ ਜੱਫੀਆਂ ਪੈਂਦੇ ਆ ਲੈ ਆਦਾ ਮਨੀਸ਼ ਚੋਧਿਆ ਦਾ ਬੱਚਾ ਲੈ ਤਾਂ ਉਹਨੂੰ ਆਪਦੀ ਗੋਦੀ ਚ ਬਿਠਾ ਲਵੇ ਫਰਕ ਕਿੰਨਾ ਰਿਹਾ ਕੁਰਸੀ ਸਾਰੀ ਖਾਲੀ ਐ ਇੱਧਰ ਵੀ ਖਾਲੀ ਐ ਇੱਧਰ ਵੀ ਖਾਲੀ ਚਮਲਦੀ ਵੀਡੀਓ ਵੇਖੋ ਕੀ ਐ ਦੇਖੋ ਮੈਂ ਨਹੀਂ ਕੱਲ ਟਿੱਪਣੀ ਕਰਨਾ ਚਾਹੁੰਦਾ ਸੀ ਕਿਉਂਕਿ ਅਮਿਤ ਰਤਨ ਨਾਲ ਮੇਰੇ ਨਿਆਣੇ ਤੇ ਉਹਦੇ ਨਿਆਣੇ ਕੋਚ ਸਕੂਲ ਚ ਪੜਦੇ ਮੈਂ ਨਹੀਂ ਚਾਹੁੰਦਾ ਸੀ ਆ ਸਿੰਗਲਾ ਸਾਹਿਬ ਦੀ ਫੋਟੋ ਜੀ ਆ ਸਿੰਗਲਾ ਸਾਹਿਬ ਦੀ ਫੋਟੋ ਜੀ ਸਾਰੇ ਅਫਸਰ ਇਹਨੂੰ ਰਿਪੋਰਟ ਕਰ ਰਹੇ ਆ ਸਪੀਕਰ ਇਹਨੂੰ ਗਲਵਕੜੀਆਂ ਚ ਲੈੰਦੀ ਦੀ ਫੋਟੋ ਵਿਖਾਈ। ਆ ਮੰਤਰੀ ਇਹਨੂੰ ਜੱਫੀਆਂ ਪਾਉਣ ਤੇ ਫੇਰ ਇਹ ਕੱਟੜ ਇਮਾਨਦਾਰ ਲੋਕ ਇੱਕ ਪਾਸੇ ਤਾਂ ਮੁੱਖ ਮੰਤਰੀ ਦਾ ਕੱਢਿਆ ਵਜ਼ੀਰ ਕਿ ਇਹ ਚੋਰ ਐ ਉਹਨੂੰ ਇਹ ਪਾਉਣ ਜੱਫੀਆਂ ਉਹਦੀਆਂ ਹੀ ਲੈਣ ਪੱਪੀਆਂ ਤੇ ਫੇਰ ਦੱਸੋ ਇਹ ਕੱਟੜ ਇਮਾਨਦਾਰ ਨੇ ਕਿ ਕੀ ਨੇ। ਗੁੱਸਾ ਨਾ ਕਰ ਜਿਓ ਮੈਂ ਤਾਂ ਇਹ ਤੇ ਪੰਜਾਬੀਆਂ ਦਾ ਤਰੀਕਾ ਹੁੰਦਾ ਹੈ ਕਹਿੰਦਾ ਜੱਫੀ ਪੱਪੀ ਐਂਡ एवरीथिंग ਮਤਲਬ ਇਹ ਤਾਂ ਜਿਹੜਾ ਤੁਸੀਂ ਦਿਲ ਨੂੰ ਲਾਉਣੇ ਗੱਲੋਂ ਮਜੀਠੀਆਂ ਨੇ ਕੰਗ ਨੂੰ ਚੈਲੰਜ ਵੀ ਕੀਤਾ ਕਿ ਉਹਨਾਂ ਦੇ ਖਿਲਾਫ ਇੱਕ ਪੇਪਰ ਵੀ ਤੁਸੀਂ ਕੱਢ ਕੇ ਦਿਖਾਓ ਸਭ ਤੋਂ ਪਹਿਲਾਂ ਗੱਲ ਤਾਂ ਇਹ ਕੀਤੀ ਕਹਿੰਦੇ ਜੀ ਮੇਰਾ ਇਲਜ਼ਾਮ ਕੀ ਸੀ ਮੇਰਾ ਇਲਜ਼ਾਮ ਬੜਾ ਸਿੰਪਲ ਸੀ ਕਿ ਮਾਈਨਿੰਗ ਮਾਫੀਆ ਨੂੰ ਜੇ ਅੱਜ ਕੋਈ ਉਹਦੀ ਪੁਸ਼ਤਪਨਾਹੀ ਕਰ ਰਿਹਾ ਹੈ ਤੇ ਉਹ ਮੌਜੂਦਾ ਸਰਕਾਰ ਬੇਈਮਾਨ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਸਾਹਿਬ ਦੀ ਪਾਰਟੀ ਕਰ ਰਹੀ ਹੈ। ਔਰ ਇਹਦੇ ਤੇ ਉਲਟ ਬਿਆਨ ਆਇਆ ਉਹਨਾਂ ਦਾ ਕਿ ਜਿਹੜਾ ਇਹ ਚੰਡਕ ਹੈ ਚੰਡਕ ਨਹੀਂ ਦੂਜਾ ਤੇ ਰਕੇਸ਼ ਚੌਧਰੀ ਇਹ ਤਾਂ ਬਾਦਲ ਸਾਹਿਬ ਦੇ ਵੇਲੇ ਦੇ ਉਹ ਸਰਕਾਰ ਦੇ ਸਮੇਂ ਚ ਆ ਜੀ ਮੈਂ ਚੈਲੰਜ ਕਰਦਾ। ਆਪ ਦੇ ਭਰਾ ਨੂੰ ਕੰਗ ਸਾਹਿਬ ਨੂੰ ਤੂੰ ਵੀ ਭਾਈ ਨਾਲ ਹੀ ਸੀ ਉਦੋਂ ਸਾਡੇ ਭਾਈਵਾਲ ਪਾਰਟੀ ਦਾ ਬੰਦਾ ਸੀ ਤੂੰ ਇੱਕ ਕਾਗਜ਼ ਕੱਢ ਦੇ ਜਦੋਂ ਨਾਲ ਸੀ ਨਹੀਂ ਤਾਂ ਮੈਂ ਹੁਣ ਕਾਗਜ਼ ਵਿਖਾਉਣਾ ਦਰਸਲ ਆਮ ਆਦਮੀ ਪਾਰਟੀ ਪੰਜਾਬ ਅੰਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਵਿਕਰਮਜੀਠਿਆ ਤੇ ਨਿਸ਼ਾਨਾ ਸਾਧਿਆ ਕਿ ਖੁਦ ਨਸ਼ਾ ਤਸਕਰੀ ਦੇ ਕੇਸ ਦਾ ਸਾਹਮਣਾ ਕਰ ਰਿਹਾ ਮਜੀਠੀਆ ਭ੍ਰਿਸ਼ਟਾਚਾਰ ਦੀ ਗੱਲ ਕਰਦਾ ਚੰਗਾ ਨਹੀਂ ਲੱਗਦਾ ਉਹਨਾਂ ਕੋਲ ਤਾਂ ਆਮ ਆਦਮੀ ਪਾਰਟੀ ਤੇ ਸਵਾਲ ਚੁੱਕਣ ਦਾ ਕੋਈ ਨੈਤਿਕ ਆਧਾਰ ਵੀ ਨਹੀਂ ਹੈ ਕੰਗ ਨੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਵੀ ਹਮਲਾ ਕਰਦਿਆਂ ਕਿਹਾ ਸੀ ਕਿ ਕਾਂਗਰਸ ਜੋ ਲਾਂਬੇ ਹੋਏ ਬਾਜਵਾ ਸਿਰਫ ਆਪਣਾ ਸਿਆਸੀ ਕਰੀਅਰ ਬਚਾਉਣ ਦੇ ਲਈ ਸਰਕਾਰ ਤੇ ਬੇਬੁਨਿਆਦ ਦੋਸ਼ ਲਾ ਰਹੇ ਨੇ ਕੰਗ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਕਿ ਉਹ ਇੱਕ ਵੀ ਅਜਿਹਾ ਉਦਾਹਰਣ ਦੇਣ ਜ ਇਥੇ ਉਹਨਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਆਪਣੇ ਕਿਸੇ ਮੰਤਰੀ ਜਾਂ ਲੀਡਰ ਖਿਲਾਫ ਕਾਰਵਾਈ ਨਾ ਕੀਤੀ ਹੋਵੇ। ਪੰਜਾਬ ਦੀ ਚੁਣੀ ਹੋਈ ਸਰਕਾਰ 'ਚ ਰੋਜ਼ ਦਿੱਲੀ ਐਵਰੀਡੇ ਗਵਰਨਰ ਸਾਹਿਬ ਕਿੰਤੂ ਪਰੰਤੂ ਕਰਦੇ ੜੰਗੇ ਪਉਂਦੇ ਆ। ਸਰਕਾਰ ਦੇ ਹੱਕ 'ਚ ਪੰਜਾਬ ਦੇ ਲੋਕਾਂ ਦੇ ਹੱਕ 'ਚ ਖੜਦੇ। ਪਰ ਦਿੱਕਤ ਹੈ ਇਹਨਾਂ ਨੂੰ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ ਕਿਸ ਤਰੀਕੇ ਨਾਲ ਐਵਰੀ ਡੇ ਹਰ ਰੋਜ਼ ਚਾਹੇ ਆਰਥਿਕ ਤੌਰ ਦੀ ਗੱਲ ਹੋਵੇ ਖੇਤੀ ਦੀ ਗੱਲ ਹੋਵੇ ਕਿਸਾਨੀ ਦੀ ਗੱਲ ਹੋਵੇ ਜਵਾਨੀ ਦੀ ਪੰਜਾਬ ਦੇ ਰਿਸੋਰਸ ਬਚਾਏ ਵੀ ਜਾ ਰਹੇ ਆ ਔਰ ਲੁੱਟ ਖਸੁੱਟ ਬੰਦ ਕੀਤੀ ਜਾ ਰਹੀ ਹੈ ਮੈਂ ਦੋ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਜਿਹੜੀ ਸਾਡੀ ਕਨਸਟੀਟਿਊਸ਼ਨ ਦੀ ਸਪਿਰਿਟ ਹੈ ਉਹ ਇਹ ਕਹਿੰਦੀ ਹੈ ਕਿ ਜਿਹੜੇ ਗਵਰਨਰ ਹੈ ਉਹਨਾਂ ਨੂੰ ਸਿੱਤੇ ਤੌਰ ਤੇ ਕੋਈ ਵੀ ਇਲੈਕਟਿਡ ਸਰਕਾਰ ਚ ਦਖਲਅਦਾਜ਼ੀ ਦਾ ਅਧਿਕਾਰ ਨਹੀਂ ਹੈ ਔਰ ਉਹਦੀ ਪ੍ਰੋੜਤਾ ਕੀਤੀ ਆ ਦੋ ਦੜ ਪਹਿਲਾਂ ਮੈਂ ਤੁਹਾਡੇ ਸਾਹਮਣੇ ਰੱਖ ਰਿਆ ਔਨਰੇਬਲ ਚੀ ਸੁਪਰੀਮ ਕੋਰਟ ਆਫ ਇੰਡੀਆ ਦੀ ਜਿਹੜੀ ਡਾਇਰੈਕਸ਼ਨ ਆਈ ਹੈ ਜਜਮੈਂਟ ਆਈ ਹੈ ਜਿਦੇ ਚ ਸੁਪਰੀਮ ਕੋਰਟ ਆਫ ਇੰਡੀਆ ਦੇ ਚੀਫ ਜਸਟਿਸ ਚੰਦਰ ਚੂਡਸ ਜੀ ਵੀ ਉਸ ਬੈਂਚ ਨੂੰ ਅਗਵਾਈ ਕਰ ਰਹੇ ਸੀ ਉਹਨਾਂ ਨੇ ਕਿਹਾ ਗਵਰਨਰ ਸ਼ੁੱਡ ਨਾਟ ਇੰਟਰ ਦਾ ਪੋਲਿਟਿਕਲ ਐਰੀਨਾ ਔਰ ਇਹ ਗੱਲ ਚੱਲ ਰਹੀ ਸੀ ਮਹਾਰਾਸ਼ਟਰ ਚ ਜਿਸ ਤਰੀਕੇ ਨਾਲ ਗਵਰਨਰ ਦੇ ਰਾਹੀਂ ਸਵੇਰੇ 6 ਵਜੇ ਜਾ ਕੇ ਭਾਜਪਾ ਦੀ ਸਰਕਾਰ ਬਣਾ ਦਿੱਤੀ ਗਈ ਸੀ ਆਪਾਂ ਦੇਖਿਆ ਅਨ ਕਨਸਟੀਟਿਊਸ਼ਨਲ ਤਰੀਕੇ ਨਾਲ ਲੇਕਿਨ ਬੜੀ ਅਫਸੋਸ ਦੀ ਗੱਲ ਹੈ ਕਿ ਆਪਣੀਆਂ ਗਲਤੀਆਂ ਠੱਗੀਆਂ ਠੋਰੀਆਂ ਨੂੰ ਢਕਣ ਵਾਸਤੇ ਇੰਨੀਆਂ ਹੱਦਾ ਪਾਰ ਕਰਤੀਆਂ ਕਿ ਗਵਰਨਰ ਦੇ ਪਾਲੇ ਚ ਬੈਠੇ ਦਿਖਦੇ ਅੱਜ ਪ੍ਰਤਾਪ ਸਿੰਘ ਬਾਜਪਾ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਸਿੱਧਾ ਬਠਿੰਡੇ ਵਾਲੇ ਮਸਲੇ ਤੇ ਤਾਂ ਕੁਝ ਨਹੀਂ ਕਿਹਾ ਪਰ ਇੱਕ ਵਾਰੀ ਫੇਰ ਕਿਹਾ ਕਿ ਸਾਡੀ ਸਰਕਾਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਰਵਾਇਤੀ ਪਾਰਟੀਆਂ ਤੇ ਜ਼ਿਆਦਾ ਨਿਸ਼ਾਨੇ ਲਾਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਿਸ ਨੇ ਵੀ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਚੋਂ ਪੈਸਾ ਲੁੱਟਿਆ ਉਸ ਦਾ ਵੀ ਹਾਲੇ ਹਿਸਾਬ ਲੈਣਾ ਬਾਕੀ ਹੈ ਉਹਨਾਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜੋ ਪੈਸਾ ਆਮ ਲੋਕਾਂ ਦਾ ਲੁੱਟਿਆ ਹੈ ਉਹ ਸਾਡੀ ਸਰਕਾਰ ਆਮ ਲੋਕਾਂ ਦੀਆਂ ਜੇਬਾਂ ਦੇ ਵਿੱਚ ਹੀ ਪਾਏਗੀ ਇਹਨਾਂ ਸਾਰਿਆਂ ਤੋਂ ਕਢਵਾਏਗੀ ਇਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜੇ ਪਾਵੇਂ ਰੇਤੇ ਰਾਹੀਂ ਪਾਵੇਂ ਬਜੀ ਫੇਰਾਹੀਂ ਪਾਵੇਂ ਗਰੰਟਾ ਰਾਹੀਂ ਪਾਵੇਂ ਉਹ ਸਕੂਲਾ ਰਾਹੀਂ ਪਾਵੇਂ ਦਰਖਤਾਂ ਰਾਹੀਂ ਪਾਵੇਂ ਸੜਕਾਂ ਰਾਹੀਂ ਪਾਵੇਂ ਵੱਡੇ ਵੱਡੇ ਹੋਟਲ ਬਣਾ ਕੇ ਉਹਨਾਂ ਰਾਹੀਂ ਜਿਵੇਂ ਮਰਜੀ ਪਾਵੇਂ ਨਜਾਇਜ਼ ਕਬਜ਼ੇ ਕਰਕੇ ਜਾਂ ਲੋਕਾਂ ਤੋਂ ਉਹਨਾਂ ਦੇ ਬਿਜ਼ਨਸ ਖੋ ਕੇ ਜਿਨੇ ਵੀ ਕਿਸੇ ਵੀ ਕੰਮ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਖਾਦੀ ਹੈ ਉਹ ਵਿਆਜ ਸਮੇਤ ਰਿਕਵਰੀ ਵੀ ਹੋਊਗੀ ਪ੍ਰੋਪਰਟੀਆਂ ਵੀ ਅਟੈਚ ਕਰਾਂਗੇ ਨਾਲ ਤੇ ਨਾਲ ਖਜ਼ਾਨੇ ਦੇ ਵਿੱਚ ਜਾਊਗਾ ਇਹਨਾਂ ਨੂੰ ਬੱਸਾਂ ਦੇ ਰੂਟ ਪਤਾ ਹੋਣਗੇ ਕਿ ਬੋਰ ਤੋਂ ਪਠਾਨਕੋਟ ਬੋਰ ਤੋਂ ਚੰਡੀਗੜ ਪਠਾਨਕੋਟ ਤੋਂ ਜੈਪੁਰ ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਨਵਾਂ ਸ਼ਹਿਰ ਦੇ ਪਿੰਡ ਚਾਂਦਪੁਰ ਰੁੜਕੀ ਦੇ ਵਿੱਚ ਬਰਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੇ ਬੁੱਤ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ ਮੁੱਖ ਮੰਤਰੀ ਮਾਨ ਨੇ ਦੇਸ਼ ਦੇ ਫੌਜੀ ਜਵਾਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਵਕਤ ਅਸੀਂ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੁੰਦੇ ਹਾਂ ਉਸ ਵਕਤ ਦੇਸ਼ ਦੀਆਂ ਸਰਹੱਦਾਂ ਤੇ ਸਾਡੀ ਰੱਖਿਆ ਦੇ ਲਈ ਫੌਜੀ ਤਾਇਨਾਤ ਹੁੰਦੇ ਨੇ ਅਤੇ ਪੰਜਾਬ ਦੇ ਜਵਾਨਾ ਨੇਤਾ ਪੰਜਾਬ ਨੇ ਤਾਂ ਹਮੇਸ਼ਾ ਹੀ ਆਜ਼ਾਦੀ ਦੀ ਜੰਗ ਦੇ ਵਿੱਚ ਲੋੜੋਂ ਵੱਧ ਯੋਗਦਾਨ ਪਾਇਆ ਹੈ ਤੇ ਉਹਨਾਂ ਨੂੰ ਸਿਰ ਸਾਡਾ ਚੁਕਤਾ ਰਹੇਗਾ ਕੈਸੀ ਯਾਦੀ ਲੈਣ ਵੇਲੇ ਵੀ ਸਭ ਤੋਂ ਮੂਰੇ ਸੀ ਤੇ ਯਾਦੀ ਨੂੰ ਕਾਇਮ ਰੱਖਣ ਵੇਲੇ ਵੀ ਸਭ ਤੋਂ ਮੂਰੇ ਸੀ ਅੱਜ ਵੀ ਸਭ ਤੋਂ ਮੂਰੇ ਹਨ ਸੋ ਜਦੋਂ ਮੇਰੇ ਕੋਲੇ ਪਰਿਵਾਰ ਪਹੁੰਚਿਆ ਉੱਥੇ ਚੰਡੀਗੜ੍ਹ ਮਿਲ ਲਈ ਤਾਂ ਮੈਂ ਕਿਹਾ ਜੀ ਤੁਸੀਂ ਸੱਦਾ ਪੱਤਰ ਨਾ ਦੇਣਾ ਉਹ ਮੇਰਾ ਖੁਦ ਦਾ ਫਰਜ਼ ਬਣਦਾ ਮੈਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲਾਂ ਤੇ ਉੱਥੇ ਜਾ ਕੇ ਉਹਨਾਂ ਦੇ ਪਿੰਡਾਂ ਜਾ ਕੇ ਲੋਕਾਂ ਨੂੰ ਮਿਲੀਏ ਇਨਕਲਾਬੀ ਲੋਕਾਂ ਨੂੰ ਮਿਲੀਏ ਇਹ ਕਿਸੇ ਕਿਸੇ ਧਰਤੀ ਨੂੰ ਬਾਰੇ ਹੁੰਦਾ ਜੀ ਗੁਰੂ ਸਾਹਿਬ ਦਾ ਬਾਰੇ ਹੁੰਦਾ ਕੋਈ ਕਿਸ ਧਰਤੀ ਦੇ ਲੋਕ ਜਿਹੜੇ ਨੇ ਇਨਕਲਾਬੀ ਹੋਣਗੇ ਇਸ ਧਰਤੀ ਦੇ ਲੋਕ ਨਕਸ਼ੇ ਲਿਖਣਗੇ ਇਸ ਧਰਤੀ ਦੇ ਲੋਕ ਹਿਸਟਰੀ ਲਿਖਣਗੇ ਹਿਸਟਰੀ ਸੋ ਹਿਸਟਰੀ ਦੇ ਵਿੱਚ ਨਾਮ ਲਿਖਿਆ ਗਿਆ ਚਾਂਦਪੁਰ ਰੁੜਕੀ ਦਾ ਬ੍ਰਿਗੇਡੀਅਰ ਕੁਲਦੀਪ ਸਿੰਘ ਦੇ ਬલિદાન ਦੀ ਗੱਲ ਕਰ ਲਈਏ ਤਾਂ ਲੋਂਗੋਵਾਲ ਮੋਰਚੇ ਤੇ ਹੋਈ ਲੜਾਈ ਦੇ ਵਿੱਚ ਪਾਕਿਸਤਾਨੀ ਥਲ ਸੈਨਾ ਦੇ 51ਵੇਂ ਬ੍ਰਿਗੇਡ ਦੇ 3000 ਫੌਜੀਆਂ ਨੇ ਹਮਲਾ ਬੋਲ ਦਿੱਤਾ ਸੀ। ਉਹਨਾਂ ਦੇ ਨਾਲ 22ਵੇਂ ਹਥਿਆਰਬੰਦ ਰੈਜਿਮੈਂਟ ਦੇ ਫੌਜੀ ਵੀ ਸਨ ਪਰ ਇੱਧਰ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੂਰੀ ਹੋਣਾਂ ਕੋਲ ਸਿਰਫ 120 ਵਿਅਕਤੀ ਸਨ ਤੇ ਉਹਨਾਂ ਸਭਨਾਂ ਨੇ ਆਪਣੇ ਸਾਹਮਣੇ ਮੌਜੂਦ ਦੁਸ਼ਮਣ ਦੀ ਫੌਜ ਦੇ ਹਜ਼ਾਰਾਂ ਫੌਜੀਆਂ ਨੂੰ ਜ਼ਬਰਦਸਤ ਟੱਕਰ ਦਿੱਤੀ ਸੀ। ਬ੍ਰਿਗੇਡੀਅਰ ਚਾਂਦਪੂਰੀ ਆਪਣੇ ਬਹਾਦਰ ਸਾਥੀ ਫੌਜੀ ਜਵਾਨਾਂ ਦੇ ਨਾਲ ਸ਼ਹੀਦ ਹੋ ਗਏ ਸਨ ਪਰ ਤੋ ਪਹਿਲਾ ਉਹਨਾਂ ਨੇ ਪਾਕਿਸਤਾਨ ਨੂੰ ਬੁਰੀ ਤਰ੍ਹਾਂ ਦੇ ਨਾਲ ਹਰਾ ਦਿੱਤਾ ਸੀ ਉਸ ਤੋਂ ਪਹਿਲਾਂ 1965 ਦੇ ਵਿੱਚ ਪਾਕਿਸਤਾਨ ਨਾਲ ਹੋਈ ਜੰਗ ਦੇ ਵਿੱਚ ਵੀ ਉਹਨਾਂ ਨੇ ਆਪਣੀ ਬਹਾਦਰੀ ਦੇ ਜੋਹਰ ਦਿਖਾਏ ਸਨ। ਪ੍ਰਸ਼ਤ ਲੀਡਰਾਂ ਦੇ ਇਸ ਰੌਲੇ ਦਰਮਿਆਨ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੁਖਬਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਤੇ ਚੱਲਦਿਆਂ ਆਪਣੀ ਹੀ ਪਾਰਟੀ ਦੇ ਆਗੂਆਂ ਵਿਰੁੱਧ ਵੀ ਕਾਰਵਾਈ ਕੀਤੀ ਹੈ। ਕਹਿੰਦੇ ਉਹ ਭਾਵੇਂ ਉਹ ਸਾਡਾ ਆਪਣਾ ਵਿਧਾਇਕ ਜਾਂ ਮੰਤਰੀ ਹੋਵੇ ਭ੍ਰਿਸ਼ਟਾਚਾਰ ਕਰਨ ਵਾਲੇ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਏਗਾ। ਆਪ ਸਰਕਾਰ ਦੇ ਕੰਮਕਾਜ ਤੇ ਉਂਗਲ ਚੁੱਕਣ ਚੁੱਕਣ ਦੇ ਲਈ ਵਿਰੋਧੀ ਧਿਰ ਤੇ ਹਮਲਾ ਬੋਲਦਿਆਂ ਕੰਗ ਨੇ ਕਿਹਾ ਕਿ ਕਾਂਗਰਸ ਅ ਨੇ ਸ਼ਾਸਨ ਦੌਰਾਨ ਪ੍ਰਿਸ਼ਟachar ਅਤੇ ਮਾਫੀਆ ਨੂੰ ਸਰਪ੍ਰਸਤੀ ਦਿੱਤੀ ਸੀ ਪਰ ਸਾਡੀ ਸਰਕਾਰ ਇਸ ਰਵਾਇਤ ਨੂੰ ਖਤਮ ਕਰ ਰਹੀ ਹੈ। ਵਿਕਰਮ ਸਿੰਘ ਜੀਠਿਆ ਜੀ ਨੇ ਅੱਜ ਇੱਕ ਵਾਰ ਫੇਰ ਇੱਕਦਮ ਜਿਹੜਾ ਝੂਠ ਝੂਠ ਜਿਹੜਾ ਵੱਡਾ ਝੂਠ ਹੈ ਜੋ ਉਹਨਾਂ ਨੇ ਬੋਲਿਆ। ਜਿਹੜੀਆਂ ਵੀ ਉਹਨਾਂ ਨੇ ਗੱਲਾਂ ਕੀਤੀਆਂ ਹਨ ਰਕੇਸ਼ ਚੌਧਰੀ ਨੂੰ ਲੈ ਕੇ। ਪਹਿਲੀ ਗੱਲ ਤੇ ਇਹ ਆ ਵੀ ਰਕੇਸ਼ ਚੌਧਰੀ ਨੂੰ ਲਿਉਣ ਵਾਲੇ ਪੰਜਾਬ ਦੇ ਇਹੀ ਲੋਕ ਨੇ। ਪਹਿਲਾਂ ਬਾਦਲ ਸਾਹਿਬ ਦੀ ਸਰਕਾਰਾਂ ਦੇ ਟਾਈਮ ਉਸ ਤੋਂ ਬਾਅਦ ਕਾਂਗਰਸ ਨੂੰ ਉਹਨੂੰ ਅੱਗੇ ਵਧਾਇਆ। ਇਹਨਾਂ ਲੋਕਾਂ ਨੇ ਉਹਦੇ ਪੈਰ ਲਵਾਏ। ਅਸੀਂ ਇਸ ਮਾਫੀਆ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਔਰ ਅੰਦਰ ਵੀ ਕੀਤਾ ਇਸ ਕਰਕੇ ਪਹਿਲੀ ਗੱਲ ਤੇ ਮਜੀਠੀਆ ਸਾਹਿਬ ਤੁਸੀਂ ਜਵਾਬ ਦਿਓ ਵੀ ਤੁਸੀਂ ਇਹਨਾਂ ਮਾਫੀਆ ਦੇ ਪੈਰ ਜਿਹੜੇ ਲਵਾਏ ਸੀ ਉਹਦੀ ਕੀ ਕੀਮਤ ਲਈ ਸੀ ਤੁਸੀਂ ਕਿਹੜੀ ਹਿੱਸੇਦਾਰੀ ਲਈ ਮਾਨ ਸਾਹਿਬ ਦੀ ਸਰਕਾਰ ਰਕੇਸ਼ ਚੌਧਰੀ ਤੋਂ ਇਲਾਵਾ 84F ਜੇ ਮਾਈਨਿੰਗ ਮਾਫੀਆ ਜਿਨ੍ਹਾਂ ਦੇ ਖਿਲਾਫ ਕਾਨੂੰਨੀ ਤੌਰ ਤੇ ਕਾਰਵਾਈ ਕਰ ਚੁੱਕੀ ਹੈ ਜਿੱਥੋਂ ਤੱਕ ਗੱਲ ਹੈ ਉਹਦੇ ਠੇਕਿਆਂ ਦੀ ਕੰਟੀਨਿਉਟੀ ਦੀ ਦੇਖੋ ਉਹ ਆਨਰੇਬਲ ਹਾਈ ਕੋਰਟ ਦੀਆਂ ਡਾਇਰੈਕਸ਼ਨਾਂ ਤੇ ਸਟੇ ਮਿਲੀ ਆ ਮਾਨਯੋਗ ਅਦਾਲਤ ਚ ਲੇਕਿਨ ਅਦਾਲਤ ਚ ਅਸੀਂ ਆਪਣਾ ਪੱਖ ਪੂਰੇ ਜੋਰ ਸ਼ੋਰ ਨਾਲ ਰੱਖ ਰਹੇ ਆ ਅਸੀਂ ਕਿਸੇ ਵੀ ਕੀਮਤ ਤੇ ਜਿਹੜਾ ਮਾ ਮਾਈਨਿੰਗ ਮਾਫੀਆ ਹੈ ਇਹਨੂੰ ਬਚਣ ਨਹੀਂ ਦੇਣਾ ਔਰ ਨਾ ਅੱਗੇ ਵਧਣ ਦੇਣਾ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਪੁਲਾਤੋ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਦਰਜ ਐਨਡੀਪੀਐਸ ਕੇਸ ਨੂੰ ਰੱਦ ਕਰਕੇ ਖਹਿਰਾ ਨੂੰ ਵੱਡੀ ਰਾਹਤ ਦਿੱਤੀ ਹੈ ਖਹਿਰਾ ਨੇ ਟਵੀਟ ਕਰਕੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ ਕਿ ਸਰਕਾਰਾਂ ਦੇ ਵੱਲੋਂ ਫਾਜ਼ਿਲਕਾ ਦੀ ਅਦਾਲਤ ਵਿੱਚ ਉਹਨਾਂ ਦੇ ਖਿਲਾਫ ਐਨਡੀਪੀਐਸ ਦਾ ਇੱਕ ਸਰਾਸਰ ਝੂਠਾ ਮੁਕੱਦਮਾ ਚਲਾਇਆ ਗਿਆ ਸੀ ਜਿਸ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੈ ਇਹਨਾਂ ਹੁਕਮਾਂ ਦੇ ਨਾਲ ਕਹਿੰਦੇ ਜੋ ਈਡੀ ਨੇ ਮੇਰੇ ਖਿਲਾਫ ਮੁਕੱਦਮਾ ਦਰਜ ਕਰਕੇ ਮੈਨੂੰ ਹਿਰਾਸਤ ਵਿੱਚ ਲਿਆ ਸੀ ਉਹ ਵੀ ਖਤਮ ਹੋ ਗਿਆ ਹੈ ਯਾਨੀ ਕਿ ਦੋ ਕੇਸਾਂ ਦੇ ਵਿੱਚ ਖਹਿਰਾ ਫਸੇ ਹੋਏ ਸਨ ਦੋਵਾਂ ਦੇ ਵਿੱਚੋਂ ਹੀ ਹੁਣ ਬਰੀ ਹੋ ਗਏ ਨੇ ਇਸੇ ਤਰ੍ਹਾਂ ਉਧਰ ਤਰਨਤਾਰਨ ਦੀ ਅਦਾਲਤ ਨੇ ਸ਼੍ਰੋਮਣੀ ਕਾਲੇਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੂੰ 6 ਸਾਲ ਪੁਰਾਣੇ ਕੇਸ ਵਿੱਚੋਂ ਬਰੀ ਕਰ ਦਿੱਤਾ ਕੈਪਟਨ ਮਰਿੰਦਰ ਸਿੰਘ ਦੀ 2017 ਦੇ ਵਿੱਚ ਸਰਕਾਰ ਬਣਦਿਆਂ ਹੀ ਕਾਂਗਰਸੀ ਵਰਕਰ ਤੇਜਪ੍ਰੀਤ ਸਿੰਘ ਪੀਟਰ ਭਿੱਖੀਵਿੰਡ ਦੇ ਵੱਲੋਂ ਧਾਰਾ 199 ਤਹਿਤ ਸਦਰ ਤਰਨਤਾਰਨ ਦੇ ਵਿੱਚ ਇਹ ਮੁਕੱਦਮਾ ਦਰਜ ਕਰਵਾਇਆ ਗਿਆ ਸੀ ਸਰਵਉੱਚ ਅਦਾਲਤ ਨੇ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦੇ ਮਾਮਲੇ ਵਿੱਚ ਕੇਂਦਰ ਸਰਕਾਰ ਨੂੰ ਇੱਕ ਵਾਰੀ ਫੇਰ ਝਾੜ ਪਾਈ ਹੈ ਅਦਾਲਤ ਨੇ ਪੁੱਛਿਆ ਕਿ ਕੇਂਦਰ ਛੇਤੀ ਦੱਸੇ ਕਿ ਉਹ ਕਦੋਂ ਤੱਕ ਰਾਜਵਾਨਾਂ ਦੀ ਪਟੀਸ਼ਨ ਤੇ ਫੈਸਲਾ ਕਰਨਗੇ ਇਸ ਮਾਮਲੇ ਦੇ ਵਿੱਚ ਸਹਾਇਕ ਐਡਵੋਕੇਟ ਜਰਨਲ ਨੇ ਕੇਂਦਰ ਸਰਕਾਰ ਦੇ ਵੱਲੋਂ ਪੇਸ਼ ਹੋਣਾ ਸੀ ਪਰ ਉਹ ਨਹੀਂ ਪਹੁੰਚੇ ਇਸ ਤੇ ਵੀ ਸੁਪਰੀਮ ਕੋਰਟ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਇਹ ਅਦਾਲਤ ਨੇ ਪੁੱਛਿਆ ਕਿ ਆਖਿਰ ਕੇਂਦਰ ਸਰਕਾਰ ਨੂੰ ਰਾਜਵਾਨਾ ਦੀ ਪਟੀਸ਼ਨ ਤੇ ਫੈਸਲਾ ਕਰਨ ਦੇ ਲਈ ਹੋਰ ਕਿੰਨਾ ਸਮਾਂ ਚਾਹੀਦਾ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 22 ਫਰਵਰੀ ਤੱਕ ਪੂਰਾ ਜਵਾਬ ਦਾਖਲ ਕਰਨ ਦੇ ਹੁਕਮ ਦੇ ਦਿੱਤੇ ਨੇ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਰਾਜਵਾਨਾ ਮਾਮਲੇ ਦੇ ਵਿੱਚ ਇੱਕ ਹਲਫਨਾਮਾ ਦਿੱਤਾ ਸੀ ਪਿਛਲੀਆਂ ਸੁਣਵਾਈਆਂ ਦੇ ਦਰਮਿਆਨ ਇਹ ਕਿਹਾ ਸੀ ਕਿ ਪੰਜਾਬ ਸਰਹੱਦੀ ਸੂਬਾ ਰਾਜਵਾਨਾ ਦਾ ਮਾਮਲਾ ਨਾਜ਼ੁਕ ਹੈ ਇਸ ਲਈ ਕੇਂਦਰ ਸਰਕਾਰ ਇਸ ਤੇ ਫੋਰਨ ਫੈਸਲਾ ਨਹੀਂ ਲੈ ਸਕਦੀ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਕੇਂਦਰ ਦੇ ਹਲਫਨਾਮੇ ਨੂੰ ਲੈ ਕੇ ਅਕਾਲੀ ਦਲ ਨੇ ਸਖਤ ਇਤਰਾਜ਼ ਜਤਾਇਆ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਾਇਆ ਸੀ ਕਿ ਕੇਂਦਰ ਸਰਕਾਰ ਨੇ ਸਿੱਖਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਰਾਜਵਾਨੇ ਦੀ ਭੈਣ ਕਮਲਦੀਪ ਕੌਰ ਨੇ ਵੀ ਕੇਂਦਰ ਦੇ ਫੈਸਲੇ ਦਾ ਵਿਰੋਧ ਕੀਤਾ ਸੀ ਬਲਾਤਕਾਰੀ ਤੇ ਕਾਤਲ ਸਾਧ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਉਸਤੇ ਚੰਗੇ ਆਚਰਣ ਕਰਕੇ ਦਿੱਤੀ ਗਈ ਹੈ ਇਹ ਐਮਰਜੈਂਸੀ ਪੈਰੋਲ ਨਹੀਂ ਹੈ ਇਹ ਇੱਕ ਨਿਯਮਤ ਪੈਰੋਲ ਹੈ ਹਰਿਆਣਾ ਸਰਕਾਰ ਨੇ ਇਹ ਜਵਾਬ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਹੈ ਰਾਮ ਰਹੀਮ ਨੂੰ ਦਿੱਤੀ ਪੈਰੋਲ ਦੇ ਵਿਰੋਧ ਨੂੰ ਡਿਫੈਂਡ ਕੀਤਾ ਹੈ ਦਰਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਮ ਰਹੀਮ ਦੀ ਪੈਰੋਲ ਦੇ ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੀ ਹੋਈ ਹੈ ਇਸ ਪੈਰੋਲ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਸੌਦਾ ਸਾਧ ਦੇ ਖਿਲਾਫ سنگੀਨ ਇਲਜ਼ਾਮ ਨੇ ਉਹ ਉਮਰ ਕੈਦ ਦਾ ਜਿਹੜਾ ਕੈਦ ਦੀ ਸਜ਼ਾ ਭੁਗਤ ਰਿਹਾ ਹੈ ਬਲਾਤਕਾਰ ਤੇ ਕਤਲ ਵਰਗੇ ਮਾਮਲਿਆਂ ਦਾ ਦੋਸ਼ੀ ਹੈ ਇਸ ਦੇ ਨਾਲ ਪੰਜਾਬ ਚ ਉਸ ਦੇ ਖਿਲਾਫ ਬੇਅਦਬ ਵਰਗੇ ਮਾਮਲੇ ਵੀ ਚੱਲ ਰਹੇ ਨੇ ਪਿਛਲੀ ਸੁਣਵਾਈ ਦੇ ਵਿੱਚ ਅਦਾਲਤ ਨੇ ਹਰਿਆਣਾ ਸਰਕਾਰ ਤੇ ਰਾਮ ਰਹੀਮ ਸਮੇਤ ਸਾਰੀਆਂ ਤਰਾਂ ਤੋਂ ਜਵਾਬ ਮੰਗਿਆ ਸੀ ਕਿ ਕਿਉਂ ਰਾਮ ਰਹੀਮ ਦੀ ਪੈਰੋਲ ਰੱਦ ਨਾ ਕੀਤੀ ਜਾਵੇ ਸ਼ੁਕਰਵਾਰ ਨੂੰ ਹਰਿਆਣਾ ਸਰਕਾਰ ਨੇ ਆਪਣੇ ਜਵਾਬ ਚ ਸਪਸ਼ਟ ਕਿਹਾ ਕਿ SDBC ਦਾ ਇਹ ਬਿਆਨ ਕਿ ਰਾਮ ਰਹੀਮ ਦੀ ਪੈਰੋਲ ਪੰਜਾਬ ਚ ਸ਼ਾਂਤੀ ਭੰਗ ਕਰੇਗੀ ਕਹਿੰਦੇ ਬਿਲਕੁਲ ਗਲਤ ਹੈ ਕਹਿੰਦੇ ਰਾਮ ਰਹੀਮ ਤਾਂ ਪੰਜਾਬ ਤੋਂ ਬਹੁਤ ਦੂਰ ਬਾਗਪਤ ਦੇ ਵਿੱਚ ਪੈਰੋਲ ਤੇ ਬੈਠਾ ਹੈ ਯੂਪੀ ਦੇ ਵਿੱਚ ਬੈਠਾ ਹੈ ਇਸ ਦੇ ਲਈ ਪੰਜਾਬ ਚ ਸ਼ਾਂਤੀ ਭੰਗ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਰਾਮ ਰਹੀਮ ਦੀ ਪੈਰੋਲ 3 ਮਾਰਚ ਨੂੰ ਖਤਮ ਹੋਏਗੀ ਤੇ ਇਸ ਮਾਮਲੇ ਦੀ ਸੁਣਵਾਈ 28 ਫਰਵਰੀ ਨੂੰ ਹੋਵੇਗੀ ਭਾਰਤੀ ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਜਾਰੀ ਕਰਨ ਦੀ ਪੁਲਿਸ ਤਸਦੀਕ ਦੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਤੇਜ਼ ਕਰਨ ਦੇ ਲਈ ਐਮ ਪਾਸਪੋਰਟ ਪੁਲਿਸ ਐਪ ਹੈ ਜਿਹੜੀ ਉਹ ਲਾਂਚ ਕੀਤੀ ਹੈ ਵਿਦੇਸ਼ ਮੰਤਰਾਲੇ ਦੇ ਖੇਤਰੀ ਪਾਸਪੋਰਟ ਦਫ਼ਤਰ ਯਾਨੀ ਕਿ ਆਰਪੀਓ ਦਿੱਲੀ ਦੇ ਵੱਲੋਂ ਜਾਰੀ ਕੀਤੀ ਰਿਲੀਜ਼ ਦੇ ਮੁਤਾਬਿਕ ਇਸ ਐਪ ਦੇ ਤਹਿਤ ਹੁਣ ਪੁਲਿਸ ਤਸਦੀਕ ਅਤੇ ਰਿਪੋਰਟ ਜਮ੍ਹਾਂ ਕਰਵਾਉਣ ਦੀ ਪੂਰੀ ਪ੍ਰਕਿਰਿਆ ਨੂੰ ਕਾਗਜ਼ ਰਹਿਤ ਕਰ ਦੇਵੇਗੀ ਦਿੱਲੀ ਦੇ ਖੇਤਰੀ ਪਾਸਪੋਰਟ ਅਫਸਰ ਅਭਿਸ਼ੇਕ ਦੁਬੇ ਦੇ ਵੱਲੋਂ ਜਾਰੀ ਬਿਆਨ ਮੁਤਾਬਿਕ ਟੈਬਲੇਟ ਦੀ ਵਰਤੋਂ ਦੇ ਨਾਲ ਤਸਦੀਕ ਕਰਨ ਵੇਲੇ ਸਮਾਂ 15 ਦਿਨਾਂ ਤੋਂ ਘਟਾ ਕੇ 5 ਦਿਨ ਹੋ ਜਾਏਗਾ ਇਸ ਨਾਲ ਪਾਸਪੋਰਟ ਜਾਰੀ ਕਰਨ ਦਾ ਸਮਾਂ 10 ਦਿਨਾਂ ਤੱਕ ਘਟ ਸਕੇਗਾ ਯਾਨੀ ਕਿ ਪਾਸਪੋਰਟ ਹੁਣ ਤੁਹਾਨੂੰ ਪਹਿਲਾਂ ਦੇ ਨਾਲੋਂ ਵੀ ਘੱਟ ਸਮੇਂ ਦੇ ਵਿੱਚ ਮਿਲ ਜਾਏਗਾ ਕਿਉਂਕਿ ਪੁਲਿਸ ਵੈਰੀ ਵੈrification ਜਿਹੜੀ ਉਹ ਆਨਲਾਈਨ ਹੋ ਜਾਏਗੀ ਪੁਲਿਸ ਨੂੰ ਤੁਹਾਡੇ ਘਰ ਆਨ ਦੀ ਲੋਡ ਨਹੀਂ ਪਵੇਗੀ ਇਸ ਕਰਕੇ ਸਮਾਂ ਸੀਮਾ ਘਟ ਜਾਏਗੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਡਾਕਟਰ ਬਲਜੀਤ ਕੌਰ ਨੇ ਸ਼ੁੱਕਰਵਾਰ ਨੂੰ ਵਜੀਫਾ ਘਟਾਲੇ ਤੇ ਪ੍ਰੈਸ ਕਾਨਫਰੰਸ ਕੀਤੀ ਚੀਮਾ ਨੇ ਕਿਹਾ ਕਿ ਪੰਜਾਬ ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 2012-13 ਦੇ ਵਿੱਚ ਭਾਜਪਾ ਅਕਾਲੀ ਸਰਕਾਰ ਦੇ ਸਮੇਂ 60 ਤੇ 40 ਅਨੁਪਾਤ ਨਾਲ ਪੰਜਾਬ ਚ ਸ਼ੁਰੂ ਹੋਈ ਸੀ ਉਸ ਵਕਤ ਵੀ ਕਈ ਅਕਾਲੀ ਮੰਤਰੀਆਂ ਤੇ ਵੱਡੇ ਇਲਜ਼ਾਮ ਲੱਗੇ ਸਨ 2017 ਦੇ ਵਿੱਚ ਵਿਧਾਨ ਸਭਾ ਚੋਣਾਂ ਵੇਲੇ ਕਾਂਗਰਸ ਨੇ ਵੀ ਇਸ ਮੁੱਦੇ ਨੂੰ ਵੱਡਾ ਮੁੱਦਾ ਬਣਾ ਕੇ ਪ੍ਰਚਾਰਿਆ ਸੀ ਰੋਜ਼ ਪ੍ਰਦਰਸ਼ਨ ਕੀਤੇ ਸਨ ਕਿ ਅਕਾਲੀ ਸਰਕਾਰ ਨੇ ਸੂਬੇ ਦੇ ਲੱਖਾਂ ਅਨੁਸੂਚਿਤ ਤੇ ਪਿਛੜੀਆਂ ਜਾਤੀਆਂ ਦੇ ਬੱਚਿਆਂ ਦੇ ਪੈਸੇ ਖਾ ਲਏ ਨੇ ਪਰ ਸੱਤਾ ਦੇ ਵਿੱਚ ਆਉਂਦੇ ਹੀ ਕਹਿੰਦੇ ਕਾਂਗਰਸ ਵੀ ਸਾਰੇ ਮੁੱਦੇ ਭੁੱਲ ਗਈ ਤੇ ਦੋਵਾਂ ਸਰਕਾਰਾਂ ਨੇ ਰਾਜ ਕੇ ਵਿਦਿਆਰਥੀਆਂ ਦੇ ਵਜ਼ੀਫੇ ਵਾਲੇ ਪੈਸੇ ਨੂੰ ਖਾ ਲਿਆ ਉਹਨਾਂ ਨੇ ਸਿਰਫ ਇੰਨਾ ਕੀ ਕੀਤਾ ਕਾਂਗਰਸ ਸਰਕਾਰ ਨੇ ਇੰਨਾ ਕੁ ਜ਼ਰੂਰ ਕੀਤਾ ਕਿ ਇਸ ਮਾਮਲੇ ਵਿੱਚ ਆਡਿਟ ਕਰਵਾਉਣ ਦਾ ਫੈਸਲਾ ਲਿਆ ਪਰ ਅਮਲੀ ਤੌਰ ਤੇ ਕੁਝ ਨਹੀਂ ਕੀਤਾ ਸਗੋਂ ਖੁਦ ਇੱਕ ਵੱਡਾ ਘੁਟਾਲਾ ਕਰ ਦਿੱਤਾ ਹੁਣ ਕਹਿੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਇਸ ਘੁਟਾਲੇ ਦੀ ਜਾਂਚ ਕੀਤੀ ਹੈ ਅਤੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਜਿਹੜਾ ਵਜ਼ੀਫਾ ਇੱਕ ਨਵੀਂ ਸਕੀਮ ਦੇ ਤਹਿਤ ਦੇਣਾ ਵੀ ਸ਼ੁਰੂ ਕਰ ਦਿੱਤਾ ਹੈ ਸਕੀਮ 31 ਮਾਰਚ ਤੱਕ ਚੱਲਣੀ ਹੈ ਜਿਹੜੇ ਵਿਦਿਆਰਥੀ ਇਸ ਸਕੀਮ ਦੇ ਤਹਿਤ ਆਪਣੇ ਆਪ ਨੂੰ ਰਜਿਸਟਰ ਕਰਵਾਉਣਗੇ ਉਹਨਾਂ ਨੂੰ ਵਜ਼ੀਫਾ ਮਿਲੇਗਾ ਪਹਿਲੀ ਵਾਰ ਹੋਇਆਗਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਮਾਨਯੋਗ ਮੁੱਖ ਮੰਤਰੀ ਸਾਹਿਬ ਇੱਕ ਇਮਾਨਦਾਰ ਸਰਕਾਰ ਆਉਣ ਤੋਂ ਬਾਅਦ ਪੰਜਾਬ ਦੇ ਦਲਿਤ ਵਿਦਿਆਰਥੀਆਂ ਨੇ ਇੱਕ ਵਾਰ ਫੇਰ ਇਹ ਸਕੀਮ ਦੇ ਅੰਦਰ ਵੱਡੀ ਪੱਦਰ ਦੇ ਉਤੇ ਪਹਿਲੀ ਵਾਰ ਅਪਲਾਈ ਕੀਤਾਗਾ ਹੁਣ ਤੱਕ ਇਹ ਸਕੀਮ ਦਾ ਜਿਹੜਾ ਪੋਰਟਲ ਆ ਖੁੱਲਾਗਾ ਅਜੇ ਤੱਕ ਸਕੀਮ ਚੱਲ ਰਹੀ ਆ ਪਹਿਲੀ ਵਾਰ ਆਗਾ ਕਿ 2 ਲੱਖ 246000 246726 2 लाख 46726 ਜਿਹੜੇ ਸ਼ੈਡਿਊਲ ਕਾਸ ਬੱਚੇ ਨੇ ਉਹਨਾਂ ਨੇ ਪੋਸਟ میٹرਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਪੋਸਟ میٹرਿਕ ਸਕਾਲਰਸ਼ਿਪ ਸਕੀਮ ਦੇ ਅਧੀਨ ਆਪਣੇ ਆਪ ਨੂੰ ਰਜਿਸਟਰ ਕਰਵਾਇਆਗਾ ਹਾਲਾਂਕਿ ਸਕੀਮ ਜਿਹੜੀ ਆ 31 ਮਾਰਚ ਤੱਕ ਚਲਣੀ ਆ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਆਪ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਇਸ ਘਟਨੇ ਘੁਟਾਲੇ ਦੀ ਚੱਲ ਰਹੀ ਜਾਂਚ ਵੱਲ ਧਿਆਨ ਦਿੱਤਾ 2019 ਵਿੱਚ ਸ਼ੁਰੂ ਹੋਏ ਘੁਟਾਲੇ ਵਿੱਚ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ 303 ਕਰੋੜ ਰੁਪਏ ਦੀ ਕਹਿੰਦੇ ਦੁਰਵਰਤੋਂ ਹੋਈ 55 ਕਰੋੜ ਦਾ ਘੁਟਾਲਾ ਹੋਇਆ ਜਿਸ ਵਿੱਚੋਂ 16 ਕਰੋੜ ਉਹਨਾਂ ਕਾਲਜਾਂ ਨੂੰ ਦਿੱਤਾ ਗਿਆ ਜਿਨ੍ਹਾਂ ਕਾਲਜਾਂ ਵਿੱਚ ਪਹਿਲਾਂ ਵੀ ਆਡਿਟ ਹੋ ਚੁੱਕਿਆ ਸੀ 39 ਕਰੋੜ ਰੁਪਏ ਦਾ ਕੁਝ ਪਤਾ ਹੀ ਨਹੀਂ ਲੱਗਿਆ ਕਿੱਧਰ ਨੂੰ ਗਿਆ ਇਸ ਘੁਟਾਲੇ ਦੇ ਵਿੱਚ ਕਹਿੰਦੇ 6 ਅ ਅਧਿਕਾਰੀਆਂ ਦੇ ਨਾਮ ਸਾਹਮਣੇ ਆਏ ਸੀ ਤੇ ਇਹਨਾਂ 6 ਨੂੰ ਬਰਖਾਸਤ ਕਰ ਦਿੱਤਾ ਗਿਆ ਨੌਕਰੀ ਚ ਹੈ ਕਹਿੰਦੇ ਇਸ ਮਾਮਲੇ ਦਾ ਖੁਲਾਸਾ ਉਸ ਵਕਤੇ ਅਧਿਕਾਰੀ ਕਿਰਪਾ ਸ਼ੰਕਰ ਨੇ ਕੀਤਾ ਸੀ ਜਿਸ ਤੋਂ ਬਾਅਦ ਰਿਟਾਇਰਡ ਜੱਜ ਦੀ ਅਦीनਗੀ ਦੇ ਵਿੱਚ ਸਾਰੇ ਮਾਮਲੇ ਦੀ ਜਾਂਚ ਕੀਤੀ ਗਈ ਇੱਕ ਹੋਰ ਕਮੇਟੀ ਬਣੀ ਜਿਸ ਨੇ ਜਾਂਚ ਕੀਤੀ ਤੇ ਸਾਰੇ ਤੱਥ ਸਾਹਮਣੇ ਲਿਆਂਦੇ ਤੇ ਇਸ 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 ਘੁਟਾਲੇ ਦੇ ਵਿੱਚ ਹੁਣ ਕਾਰਵਾਈ ਹੋਈ ਹੈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਇਹ ਸਕੈਮ ਦੀ ਜੋ ਇਨਕੁਆਰੀ ਚੱਲ ਰਹੀ ਹੁੰਦੀ ਹੈ ਉਹ ਮੇਰੇ ਧਿਆਨ ਵਿੱਚ ਆਈ ਐਕਚੁਅਲੀ ਇਹ ਸਕੈਮ ਸ਼ੁਰੂ ਹੁੰਦਾ ਹੈ 2019 ਤੋਂ ਜਦੋਂ ਕਿ ਸਕਾਲਰਸ਼ਿਪ ਦਾ ਪੈਸਾ ਤਕਰੀਬਨ 303 ਕਰੋੜ ਜੋ ਸੈਂਟਰ ਵੱਲੋਂ ਰਿਲੀਜ਼ ਕੀਤਾ ਜਾਂਦਾ ਦਿੱਤਾ ਜਾਂਦਾ ਹੈ ਉਸ ਪੈਸੇ ਦੀ ਡਿਸਬਰਸਮੈਂਟ ਦੇ ਸਬੰਧ ਵਿੱਚ ਜੋ ਕਪਲੇ ਹੋਏ ਜੋ ਘਟਾਲੇ ਹੋਏ ਇਹ ਸਾਰਾ ਸਿਸਟਮ ਉੱਥੋਂ ਹੀ ਸ਼ੁਰੂ ਹੋਇਆ ਜੋ ਉਸ ਸਮੇਂ ਦੀ ਸਰਕਾਰ ਨੇ ਆਡਿਟ ਕੀਤਾ ਸੀ ਉਸ ਸਮੇਂ ਜਿੰਨਾ ਕਾਲਜਾਂ ਦੇ ਵਿੱਚੋਂ ਰਿਕਵਰੀ ਕਰਨੀ ਬਣਦੀ ਸੀ ਉਸ ਨੂੰ ਰਿਕਵਰੀ ਕਰਨ ਦੀ ਬਜਾਏ ਉਹਨਾਂ ਹੀ ਕਾਲਜਾਂ ਦਾ ਦੁਬਾਰਾ ਰੀ ਆਡਿਟ ਕਰ ਦਿੱਤਾ ਗਿਆ ਜਦ ਕਿ ਰੀ ਆਡਿਟ ਕਰਨਾ ਉਹਨਾਂ ਕਾਲਜਾਂ ਦਾ ਬਣਦਾ ਸੀ ਜਿਨ੍ਹਾਂ ਦਾ ਆਡਿਟ ਪਹਿਲਾਂ ਨਹੀਂ ਹੋਇਆ ਸੀ ਦਰਅਸਲ ਵੀਰਵਾਰ ਨੂੰ ਮਾਨ ਸਰਕਾਰ ਨੇ 39 ਕਰੋੜ ਰੁਪਏ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵੱਡੀ ਕਾਰਵਾਈ ਕਰਦਿਆਂ 6 ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਇਹਨਾਂ ਵਿੱਚੋਂ 4 ਅਧਿਕਾਰੀ ਸਮਾਜਿਕ ਨਿਆਂ ਅਧਿਕਾਰਤਾ ਤੇ ਘਟਕਿੰਦੇ ਵਿਭਾਗ ਵਿੱਚ ਕੰਮ ਕਰਦੇ ਸਨ ਜਦਕਿ 2 ਵਿੱਤ ਵਿਭਾਗ ਦੇ ਵਿੱਚ ਕੰਮ ਕਰਦੇ ਸਨ ਕੁਟਾਲਾ 2019 ਦੇ ਵਿੱਚ ਤਤਕਾਲੀ ਸਮਾਜਿਕ ਨਿਆਂ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਕਾਰਜਕਾਲ ਦੌਰਾਨ ਸਾਹਮਣੇ ਆਇਆ ਸੀ ਤਤਕਾਲੀ ਵਿਧੀਕ ਮੁਖ ਸਕੱਤਰ ਕਿਰਪਾ ਸ਼ੰਕਰ ਮਨੋਜ ਨੇ ਕਿਰਪਾ ਸ਼ੰਕਰ ਸਰੋਜ ਨੇ ਆਪਣੀ ਰਿਪੋਰਟ ਦੇ ਵਿੱਚ ਅਨਸੂਚਿਤ ਜਾਤੀਆਂ ਦੇ ਵਜ਼ੀਫੇ ਦੀ ਵੰਡ ਵਿੱਚ 55 ਕਰੋੜ 72 ਲੱਖ ਰੁਪਏ ਦੇ ਕਥਿਤ ਘੁਟਾਲੇ ਦਾ ਦੋਸ਼ ਲਾਇਆ ਸੀ ਦਾਵਾ ਕੀਤਾ ਗਿਆ ਕਿ ਨਿੱਜੀ ਅਦਾਰਿਆਂ ਨੂੰ 16 ਕਰੋੜ 99 ਲੱਖ ਰੁਪਏ ਗਲਤ ਤਰੀਕੇ ਦੇ ਨਾਲ ਵੰਡੇ ਗਏ ਭਾਰਤੀ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਦੇ ਵਿੱਚ ਰਹਿ ਰਹੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜੇ ਹਰਵਿੰਦਰ ਸਿੰਘ ਸੰਧੂ ਉਰਫ ਦਾਂ ਨੂੰ ਭਾਰਤ ਦੇ ਵਿੱਚ ਅਤਵਾਦੀ ਐਲਾਨ ਦਿੱਤਾ ਹੈ। ਅਜਨਾਲਾ ਪੁਲਿਸ ਨੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨੌਜਵਾਨ ਲੀਡਰ ਭਾਈ ਅਮਰਿਤਪਾਲ ਸਿੰਘ ਤੇ 26 ਹੋਰਾਂ ਦੇ ਖਿਲਾਫ ਇੱਕ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਦੋਸ਼ ੇਟ ਕੇਸ ਦਰਜ ਕੀਤਾ ਹੈ। ਚਮਕੌਰ ਸਾਹਿਬ ਦੇ ਰਹਿਣ ਵਾਲੇ ਵਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਉਹ ਦਮਦਮਾ ਟਕਸਾਲ ਅਜਨਾਲਾ ਦੇ ਵਿੱਚ ਅਮਰਿਤਪਾਲ ਸਿੰਘ ਨੂੰ ਮਿਲਣ ਗਿਆ ਸੀ। ਉਦੋਂ ਹੀ ਕੁਝ ਸਿੰਘਾਂ ਨੇ ਉਸ ਨਾਲ ਗੱਲਬਾਤ ਕਰਕੇ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਅਜਨਾਲਾ ਤੋਂ ਅਗਵਾ ਕਰ ਲਿਆ ਜੰਡਿਆਲਾ ਗੁਰੂ ਲੈ ਗਏ ਜਿੱਥੇ ਅ ਅਮਰਿਤਪਾਲ ਸਿੰਘ ਦੇ ਸਿੰਘਾਂ ਤੇ ਵਾਰਿਸ ਪੰਜਾਬ ਜਥੇਬੰਦੀ ਦੇ ਸੇਵਾਦਾਰ ਅਮਰਿਤ ਸਿੰਘ ਨੇ ਖੁਦ ਇਸ ਦੀ ਕੁੱਟਮਾਰ ਕੀਤੀ। ਵਰਿੰਦਰ ਸਿੰਘ ਨੇ ਦੱਸਿਆ ਕਿ ਉਹਦਾ ਕਸੂਰ ਸਿਰਫ ਇੰਨਾ ਸੀ ਕਿ ਉਸਨੇ ਚਮਕੌਰ ਸਾਹਿਬ ਤੋਂ ਇੱਕ ਵੀਡੀਓ ਜਾਰੀ ਕੀਤੀ ਜਿਸ ਵਿੱਚ ਅਮਰਿਤਪਾਲ ਸਿੰਘ ਨੂੰ ਨਸੀਹਤ ਦੇਣ ਦੀ ਗੱਲ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਸ ਦੀ ਕੁੱਟਮਾਰ ਕੀਤੀ। ਪੁਲਿਸ ਨੇ ਅਮਰਿਤਪਾਲ ਸਿੰਘ ਸਮੇਤ 6 ਹੋਰਨਾਂ ਖਿਲਾਫ ਤੇ 20 ਦੇ ਕਰੀਬ ਹੋਰ ਅਣਪਛਾਤੇਆਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਬਾਰੇ ਸਾਡੀ ਟੀਮ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਲੀਡਰ ਨੇ ਆਗੂ ਨੇ ਨੌਜਵਾਨ ਆਗੂ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਈ ਵਾਰੀ ਫੋਨ ਕੀਤਾ ਪਰ ਉਹਨਾਂ ਦਾ ਪੱਖ ਸਾਨੂੰ ਨਹੀਂ ਮਿਲ ਸਕਿਆ ਜਿਹਨਾਂ ਮੈਨੂੰ 35 ਜਣਾਂ ਨੇ ਕੁੱਟ ਲਿਆ ਮੇਰੀ ਵੀਡੀਓ ਬਣਾ ਲਈ ਵੀ ਮਾਫੀ ਮੰਗ ਲਾ ਬਹੁਤ ਬੋਰੇ ਤਰੀਕੇ ਨਾਲ ਮਹਾ ਭੈਣ ਜੀਆਂ ਗਾਣਾ ਗੱਡੀਆਂ ਜੀ ਫੇਕ ਖਾਤ ਹਾਂ ਨਹੀਂ ਤੇ ਇਹਨੇ ਮੈਨੂੰ ਜਾਨੋਂ ਮਾਰਨਾ ਸੀਗਾ ਜੀ ਬਾਰ ਬਾਰ ਕਹਿੰਦੇ ਸੀਗੇ ਵੀ ਤੇਰੇ ਵਰਗੇ ਗੰਦ ਨੂੰ ਤਾਂ ਅਸੀਂ ਖਤਮ ਕਰਨਾ ਹੀ ਕਰਨਾ ਜੀ ਤੇ ਜਦੋਂ ਚੱਕਣ ਵੀ ਆਏ ਤਾਂ ਇਹਨਾਂ ਨੇ ਬਾਰ ਬਾਰ ਧਮਕੀ ਦਿੱਤੀ ਵੀ ਤੁਹਾਨੂੰ ਤਾਂ ਅਸੀਂ ਤਖਤਾਲ ਦੇ ਪਿੱਛੇ ਤੇ ਵੀ ਚੱਕ ਕੇ ਲੈ ਕੇ ਜਾਣਾ ਤੇ ਵੀ ਆਇਆ ਕਰਨਾ ਤਾਂ ਤੇ ਤਿੰਨ ਚਾਰ ਹੀ ਨਾ ਕੋਲ ਵੈਪਨ ਸੀ ਜੀ ਆਪਣੇ 124 ਦੇ 315 ਦੇ ਤੇ ਗੱਡੀ 'ਚ ਪੈਂਦੀ ਸਾਰੇ ਮੇਰਾ ਪਰ ਇਹ ਤਾਂ ਗਲਾ ਘੁੱਟਦਾ ਜੀ ਪੂਰਾ ਹੀ ਮੇਰੇ ਆਣ ਇੱਕ ਵਾਰੀ ਸਾਹ ਜੇ ਰੋਕਣਿਆ ਦੇ ਕਰਤੇ ਇਹਨਾਂ ਨੇ ਹਾਂ 2-3 ਘੰਟੇ ਬਾਅਦ ਇਹਨਾਂ ਨੂੰ ਪਤਾ ਲੱਗਿਆ ਇਹਨਾਂ ਨੂੰ ਪਤਾ ਨਹੀਂ ਸੀਗਾ ਜ ਜਦੋਂ ਜਦੋਂ ਪਤਾ ਲੱਗਿਆ ਫਿਰ ਪਤਾ ਲੱਗਿਆ ਜੀ ਵੀ ਹਾਂਜੀ ਵੀ ਆ ਗੱਲ ਆ ਇਹਨਾਂ ਦੇ ਹੋਰ ਸਿੰਘਾਂ ਨੇ ਜਿਹੜੇ ਆਪਣੇ ਨਾਲ ਪਿਆਰ ਕਰਨਿਆਂ ਨੇ ਉਹਨਾਂ ਨੇ ਫੋਨ ਕੀਤਾ ਵੀ ਬਰਿੰਦਰ ਸਿੰਘ ਦੇ ਬਾਰੇ ਪਹਿਲਾਂ ਪਤਾ ਕਰੂ ਇਹ ਕੋਈ ਏਦਾਂ ਪਹਿਲਾਂ ਇਹਨੂੰ ਇਹ ਸ਼ੱਕ ਸੀਗਾ ਵੀ ਇਹ ਸਰਕਾਰੀ ਬੰਦਾ ਜੀ ਮੈਂ ਕਿਹਾ ਮੇਰੇ ਪਿੰਡ ਜਾ ਕੇ ਪਤਾ ਕਰ ਲਓ ਮੇਰੇ ਯਾਰਾਂ ਦੋਸਤਾਂ ਤੇ ਪਤਾ ਕਰ ਲਓ ਵੀ ਮੈਂ ਸਰਕਾਰੀ ਬੰਦਾ ਹਾਂ ਜਾਂ ਮੈਂ ਧਰਮ ਦੇ ਰਾਹ ਤੇ ਚੱਲਣਿਆਂ ਨਹੀਂ ਉੱਥੇ ਤਾਂ ਮੈਂ ਬੱਸ ਚੜੀਆਂ ਜੀ بس ਜੜੇ ਮੇਰਾ 2000 ਰੁਪਏ ਸੀਗਾ ਦੋਨੇ ਫੋਨ ਸੀਗੇ ਉਹਨਾਂ ਨੇ ਕੱਢ ਲਈ ਸੀਗੇ ਜੀ 600 ਰੁਪਏ ਮੈਨੂੰ ਹੌਣ ਲੱਗੇ ਦਿੱਤਾ ਸੀਗੇ ਤੇ 35 ਸੱਟੇ ਮੇਰੇ ਚਪੇੜਾ ਤੇ ਮਾਂ ਭੈਣ ਦੀਆਂ ਗਾਰਾਂ ਇੰਨੀਆਂ ਕਿ ਗੰਦੀਆਂ ਗੱਡੀਆਂ ਮੇਰੇ 15 20 ਚਪੇੜਾ ਮੂੰਹ ਸਾਰਾ ਹੀ ਲਾਲ ਕਰਤਾ ਪਰਨਾ ਮੇਰਾ ਖੁੱਲੇਗਾ ਜੀ ਕੇਸ ਖਿੰਡ ਗਈ ਜੀ ਨਾ ਇਹਦਾ ਬਹੁਤ ਗੰਦੀਆਂ ਮਾਂ ਭੈਣ ਦੀਆਂ ਸ਼ਬਦਾਵਲੀਆਂ ਤੇ ਟੱਬਰ ਨੂੰ ਮਾਰਨ ਦੀਆਂ ਧਮਕੀਆਂ ਵੀ ਜਿਹੜਾ ਟੱਬਰ ਮਾਰ ਦੇਣਾ ਸੀ ਤੂੰ ਸਾਡੇ ਖਿਲਾਫ ਆਏ ਬੋਲਦਾ ਯਾਨੀ ਉੱਥੇ ਕਹਿ ਲਿਆ ਵੀ 35 ਵਾਲੇ ਬੰਦਿਆਂ 'ਚ ਮੇਰਾ ਬਸ ਨਹੀਂ ਚੱਲਿਆ ਜੀ ਵੀ 3-4 ਘੰਟੇ ਜਿਹੜੀ ਮਾਰਕਟ ਆਈ ਉੱਥੇ ਮੈਂ ਸਹੀ ਆਈ ਡੰਡੇ ਸੀਗੇ ਜੀ ਤੇ 315 ਸੀਗੀ 12 ਫੋਰ ਸੀਗੀ 6 ਸਰ ਸੀਗਾ ਜੀ ਉਹਦਾ ਬਾਰ-ਬਾਰ ਦਿਖਾਈ ਹੋ ਗਈ ਮੈਂ ਉਹਨਾਂ ਨੂੰ ਜਦੋਂ ਕਹਿੰਦੇ ਸੀਗੇ ਵੀ ਮੈਂ ਅੱਗੇ ਤੋਂ ਗਲਤੀ ਨਹੀਂ ਕਰੂੰਗਾ ਕਹਿੰਦੇ ਤੈਨੂੰ ਅੱਗੇ ਤੋਂ ਗਲਤੀ ਕਰਨ ਵਾਸਤੇ ਛੱਡਣਾ ਹੀ ਹੈ ਨਹੀਂ ਵੀ ਅੱਜ ਤੇ ਰਾਤ ਤੱਕ ਲਈ ਦਿਨਾ ਬੱਸ ਵੀ ਤੂੰ ਆਪਣਾ ਅੱਜ ਦਾ ਦਿਨ ਮੇਨ ਲੈ ਵੀ ਤੇਰਾ ਕਿਹਾ ਹੁਣ ਦੋ ਤਿੰਨ ਵਾਰੀ ਅਮਨਤਬਾਦ ਨੇ ਕਹਿੰਦਾ ਮਾਰ ਦੋ ਇਹਨੂੰ ਇਤੋਂ ਗੰਦ ਤੋਂ ਕਰਾਉਣਾ ਕੀ ਆਪਾਂ ਨੇ ਵੀ ਮਾਰ ਦੋ ਇਹਨੂੰ ਮਾਰ ਦੋ ਜੀ ਸਾਰੇ ਸਿਆਣੇ ਅਮਰਤਪਾਲ ਖੁਦ ਕਹਿੰਦੇ ਸੀਗੇ ਜੀ ਵੀ ਮੇਰੇ ਸਾਹਮਣੇ ਕੇ ਮੈਨੂੰ ਮਾਰ ਦੋ ਤੇ ਗੰਦ ਤੇ ਕਰਾਉਣਾ ਕੀ ਹੈ ਵੀ ਸਾਡੇ ਵੀ ਕੱਲੂ ਫੇਰ ਤੰਗ ਕਰੂਗਾ ਆਪਾਂ ਨੂੰ ਅਮਰਤਪਾਲ ਨੇ ਮੇਰੇ ਚਪੇੜਾ ਮਾਰੀਆਂ ਮੂੰਹ ਤੇ ਹੀ ਸਾਹਮਣ ਤੇ ਮਾਂ ਭੈਣ ਦੀਆਂ ਗਾਲਾਂ ਕੱਢੀਆਂ ਮੈਨੂੰ ਸਭ ਤੋਂ ਪਹਿਲਾਂ ਸ਼ੁਰੂਆਤ ਉਹਨਾਂ ਨੇ ਕੀਤੀ ਹੈ ਜੀ ਬਾਅਦ ਚ ਤਾਂ ਵੀ 2-2 ਘੰਟੇ ਜਿਨੇ ਕਿਸੇ ਕੁੱਤੇ ਦੇ ਵੀ ਰੋੜਾ ਨਹੀਂ ਜੀ ਮਾਰਿਆ ਜੀ ਡਾਲਾ ਨਹੀਂ ਮਾਰਿਆ ਉਨੇ ਮੈਨੂੰ ਡਾਂਗਾਂ ਨਾਲ ਕੁੱਟਿਆ ਜੀ ਉੱਤੇ ਫੜ ਗਈ। ਚੰਡੀਗੜ੍ਹ ਹਿੰਸਾ ਮਾਮਲੇ ਦੇ ਵਿੱਚ ਪੁਲਿਸ ਨੇ 10 ਹੋਰ ਲੋਕਾਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਨੇ ਤੇ ਹੁਣ ਤੱਕ ਕੁੱਲ 40 ਜਣਿਆਂ ਦੀਆਂ ਤਸਵੀਰਾਂ ਪੁਲਿਸ ਜਾਰੀ ਕਰ ਚੁੱਕੀ ਹੈ। ਪੁਲਿਸ ਨੇ ਜਾਣਕਾਰੀ ਦੇਣ ਵਾਲੇ ਨੂੰ ਇਹਨਾਂ ਦੀ ਇਤਲਾਹ ਦੇਣ ਵਾਲੇ ਨੂੰ 10000 ਰੁਪਏ ਨਕਦ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਹਾਲਾਂਕਿ ਇਹਨਾਂ 40 ਦੇ ਵਿੱਚੋਂ ਗ੍ਰਿਫਤਾਰੀ ਇੱਕ ਦੀ ਵੀ ਨਹੀਂ ਹੋਈ। ਪੁਲਿਸ ਨੇ 7 ਜਣੇ ਦੀ ਪਛਾਣ ਕਰ ਲਈ ਹੈ। ਫਿਲੌਰ ਦੇ ਪਿੰਡ ਮਾਉ ਸਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਸਤੀ ਰੇਤਾ ਖੱਡ ਲੋਕ ਅਰਪਿਤ ਕਰ ਦਿੱਤੀ ਹੈ। ਇਸ ਖੱਡ ਤੋਂ ਰੀਤਾ ਮਿਲੂਗਾ ਫਲੋਰਸ ਮੇਤ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਹੁਣ ਕੁੱਲ 33 ਮਾਈਨਿੰਗ ਖੱਡਾਂ ਸਰਕਾਰੀ ਤੌਰ ਤੇ ਖੋਲੀਆਂ ਗਈਆਂ ਨੇ ਸੀਐਮ ਨੇ ਕਿਹਾ ਕਿ ਮਾਰਚ ਮਹੀਨੇ ਤੱਕ 50 ਮਾਈਨਿੰਗ ਖੱਡਾਂ ਖੋਲਣ ਦਾ ਟਾਰਗੇਟ ਮਿੱਥਿਆ ਹੈ 100 ਮਾਈਨਿੰਗ ਖੱਡਾਂ ਹੋਰ ਖੋਲੀਆਂ ਜਾਣਗੀਆਂ ਕੁੱਲ 150 ਮਾਈਨਿੰਗ ਖੱਡਾਂ ਹੋ ਜਾਣਗੀਆਂ ਇਹਨਾਂ ਖੱਡਾਂ ਵਿੱਚੋਂ ਕਹਿੰਦੇ 61580 ਮੀਟ੍ਰਿਕ ਟਨ ਰੇਤ ਨਿਕਲ ਸਕਦੀ ਹੈ। ਟਰੈਕਟਰ ਵਾਲਿਆਂ ਨੂੰ 바ਰ ਕੋਡ ਦਿੱਤਾ ਜਾਏਗਾ ਜਿਸ ਨਾਲ ਉਸਦੀ ਪੂਰੀ ਜਾਣਕਾਰੀ ਲਈ ਜਾਵੇਗੀ। ਇਹ ਸ਼ਰਤਾਂ ਦੇ ਵਿੱਚ ਮਾਨ ਨੇ ਵੀ ਦੱਸਿਆ ਕਿ ਰੇਤੇ ਨਾਲ ਭਰੀ ਟਰਾਲੀ ਤੇ ਤਰਪਾਲ ਪਾਉਣੀ ਬਹੁਤ ਜ਼ਰੂਰੀ ਹੈ ਤਾਂ ਜੋ ਸੜਕ ਤੇ ਕਿਸੇ ਹੋਰ ਰਾਗੀ ਨੂੰ ਦਿੱਕਤ ਨਾ ਆਵੇ। ਇੱਕ ਟਰਾਲੀ 'ਚ ਕਿੰਨਾ ਰੇਤਾ ਪਾਉਣਾ ਹੈ ਉਹਦਾ ਭਾਰ ਵੀ ਤੈਅ ਕੀਤਾ ਜਾਏਗਾ। ਇਹ ਖੱਡਾਂ ਆਪਣੇ ਨਿਸ਼ਚਿਤ ਸਮੇਂ ਤੇ ਬੰਦ ਹੋ ਜਾਣਗੀਆਂ। ਕੋਈ ਰਾਤ ਨੂੰ ਜੇ ਇਥੋਂ ਟਰਾਲੀ ਭਰ ਕੇ ਲੈ ਜਾ ਰਿਹਾ ਹੈ ਜਾਂ ਫਿਰ ਜਿਹੜਾ ਹੈਗਾ ਬਿਨਾਂ ਲਾਈਟਾਂ ਜਗਾਏ ਤੋਂ ਟਰੈਕਟਰ ਲਈ ਜਾ ਰਿਹਾ ਤਾਂ ਇਹਦਾ ਮਤਲਬ ਹੈ ਗੈਰ ਕਾਨੂੰਨੀ ਹੈ ਕਿਉਂਕਿ ਅਸੀਂ ਕਹਿੰਦੇ ਖੱਡਾਂ ਦਾ ਕੰਮ ਸਿਰਫ ਸੂਰਜ ਚੜਨ ਦੇ ਉੱਤੇ ਹੀ ਕਰਾਂਗੇ ਯਾਨੀ ਕਿ ਸਰਕਾਰੀ ਖੱਡਾਂ ਚੋਰੀਤਾ ਸਿਰਫ ਦਿਨ ਵੇਲੇ ਹੀ ਲਿਆ ਜਾ ਸਕੇਗਾ ਸੋ ਇਹ ਤਾਂ ਖਜ਼ਾਨਾ ਹੈ ਜੀ ਸਾਡੇ ਕੋਲੇ ਕੁਦਰਤ ਨੇ ਸਾਨੂੰ ਦਰਿਆ ਦਿੱਤੇ ਨੇ ਦਰਾਵਾਂ ਨਾਲ ਕੁਦਰਤ ਨੇ ਸਾਨੂੰ ਨਵਾਜਿਆ ਤੇ ਕਿਸੇ ਦਾ ਇਹ ਖਾਸ ਬੰਦੇ ਦਾ ਜਾਂ ਖਾਸ ਮਾਫੀਆ ਦਾ ਖਾਸ ਕੰਪਨੀ ਦਾ ਤੇ ਹੱਥ ਨਹੀਂ ਹੋਣਾ ਚਾਹੀਦਾ ਇਹਦਾ ਕੰਟਰੋਲ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਇਹਨੂੰ ਪਬਲਿਕ ਮਾਈਂਸ ਕਹਿੰਦੇ ਆ ਕਿ ਲੋਕਾਂ ਦੀ 5.5 ਰੁਪਏ ਕਿਊਬਿਕ ਫੁੱਟ ਦੇ حساب ਨਾਲ ਇੱਥੇ ਪੈਸੇ ਲੈ ਜਾਂਦੇ ਨੇ ਉਸ ਤੋਂ ਅੱਗੇ ਤੁਹਾਡਾ ਤੇਲ ਹੈ ਜਾਂ ਤੁਹਾਡਾ ਕਿੰਨੀ ਕੁ ਦੂਰ ਤੁਸੀਂ ਜਾਣਾ ਟਰੈਕਟਰ ਲੈ ਕੇ ਇੱਕ ਦੋ ਨਾਲ ਸ਼ਰਤਾਂ ਨੇ ਕਿ ਤਰਪਾਲ ਜ਼ਰੂਰ ਪਾਉਣੀ ਹੈ ਤਾਂ ਕਿ ਰੇਤਾ ਜਿਹੜਾ ਸੜਕ ਤੇ ਜਾਂਦੇ ਹੋਏ ਉੱਡੇ ਨਾ ਸਕੂਟਰਾਂ ਮੋਟਰਸਾਈਕਲ ਵਾਲਿਆਂ ਦੇ ਸਾਈਕਲਾਂ ਵਾਲਿਆਂ ਦੇ ਅੱਖਾਂ 'ਚ ਨਾ ਪਵੇ ਕੋਈ ਦੁਰਘਟਨਾ ਨਾ ਹੋਵੇ ਤੇ ਇੱਕ ਪਾਰਟਿਕੂਲਰ ਭਾਰ ਜਿਹੜਾ ਮੇਥਿਆ ਗਿਆ ਕਿ ਆਸਟ੍ਰੇਲੀ ਤੋਂ ਨਹੀਂ ਪਹੁੰਚਾ ਇਹ ਨਹੀਂ ਹੈਗਾ ਕਿ ਇੱਕ ਕਟਰਾਲੀ ਕੋਈ ਜਿਹੜਾ ਲਾਊਗਾ ਜਿੰਨੇ ਮਰਜ਼ੀ ਚ ਉਹ ਨੇੜੇ ਆ ਤਾਂ ਵੱਧ ਵੀ ਲਾ ਸਕਦਾ ਬਸ ਸਿਰਫ ਉਹਨੇ ਆਪਣੀ ਐਂਟਰੀ ਕਰਾਉਣੀ ਹੈ ਇਥੇ ਪਹੁੰਚੇ ਮੁੱਖ ਮੰਤਰੀ ਮਾਨਯਾ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਤੇ ਤਿੱਖੇ ਨਿਸ਼ਾਨੇ ਸਾਧਦੇ ਕਹਿੰਦੇ ਹਾਰੀਆਂ ਹੋਈਆਂ ਫੌਜਾਂ ਜਾਂ ਫਿਰ ਬਿਨਾਂ ਫੌਜਾਂ ਦੇ ਜਰਨੈਲ ਨੂੰ ਕੋਈ ਪੁੱਛੇ ਕਿ ਰੇਤਾ ਮਾਈਨਿੰਗ ਦਾ ਸਿਆਪਾ ਦੱਸੋ ਕਿਨੇ ਪਾਇਆ ਸੀ ਸਾਡੀ ਸਰਕਾਰ ਕਹਿੰਦੇ ਨਿਯਮਾਂ ਮੁਤਾਬਿਕ ਚੱਲ ਰਹੀ ਐ ਇਸ ਲਈ ਕਿਰਪਾ ਕਰਕੇ ਉਹ ਬੰਦੇ ਤਾਂ ਨਾ ਬੋਲਣ ਜਿਨ੍ਹਾਂ ਨੇ ਇਸੇ ਗੰਗਾ ਦੇ ਵਿੱਚ ਹੱਥ ਧੋਤੇ ਹੋਏ ਨੇ ਕਹਿੰਦੇ ਮੈਂ ਮਜੀਠੀਆ ਨੂੰ ਯਾਦ ਕਰਵਾਉਣਾ ਚਾਹੁੰਦਾ ਕਿ ਤੁਸੀਂ ਵੀ ਫਿਲਹਾਲ ਜ਼ਮਾਨਤ ਤੇ ਆਏ ਹੋਏ ਹੋ ਇਸ ਕਰਕੇ ਤੁਸੀਂ ਨਾ ਹੀ ਬੋਲੋ ਚੁੱਪ ਰਹੋ ਤਾਂ ਚੰਗਾ ਰਹੂਗਾ ਕੋਰਟ ਵਿੱਚ ਪਏ ਲਿਫਾਫੇ ਵੀ ਖੁੱਲਣਗੇ ਲਿਫ ਕਿ ਸਿਆਪਾ ਪਾਇਆ ਕਿ ਨਹੀਂ ਸੀਗਾ ਇਹਨਾਂ ਦੇ ਲੀਡਰਾਂ ਦੇ ਨਾਂ ਰੇਤੇ ਤੇ ਰੱਖਣ ਲੱਗੇ ਸੀ ਉਹਨੂੰ ਪੁੱਛ ਲਿਓ ਸੱਜੇ ਖੱਬੇ ਕਿਹੜਾ ਬੈਠਾ ਹੁੰਦਾ ਰੇਤਾ ਬਰਕੰਦੀ ਠੀਕ ਹੈ ਜੀ ਉਹਨਾਂ ਦੇ ਆਪ ਦੇ mafie ਨੇ ਇਹ ਤਾਂ ਆਪ ਕਰਦੇ ਰਹੇ ਨੇ ਇਹ ਕੰਮ ਸਾਡੀ ਸਰਕਾਰ ਮਾਨਯੋਗ ਹਾਈ ਕੋਰਟ ਦੁਆਰਾ ਨਿਜਮਾ ਮੁਤਾਬਕ ਜਿਹੜਾ ਰਕੇਸ਼ ਚੌਧਰੀ ਸੀ ਉਹਨੇ 6 ਕਰੋੜ ਰੁਪਏ ਉਹਦੇ ਪਰ ਲੈਂਦਾ ਸੀ ਉਹਨੇ ਭਰਤਾ ਉਸ ਤੋਂ ਬਾਅਦ ਉਹਦਾ ਜਿੰਨੀ ਤਰੀਕ ਤੱਕ ਕੰਟਰੈਕਟ ਹੈ ਹਾਈ ਕੋਰਟ ਨੇ ਕਿਹਾ ਇਹਨੂੰ ਚੱਲਣ ਦਿਓ ਉਸ ਤੋਂ ਬਾਅਦ ਕੰਟਰੈਕਟ ਜਿਹੜੇ ਨੇ ਨਿਊ ਕਰਨੇ ਨੇ ਰੀਨਿਊ ਜੇ ਫੇਰ ਦੁਬਾਰਾ ਅਸੀਂ ਕਿਸੇ ਟੈਂਟेड ਬੰਦੇ ਨੂੰ ਦੇਤਾ ਫੇਰ ਬਿਨਾ ਫੌਜ ਵਾਲਾ ਜਰਨੈਲ ਸਹੀ ਹੈ ਜਦੋਂ ਅਸਲ ਚ ਉਹਨਾਂ ਨੂੰ ਆ ਪ੍ਰੋਬਲਮ ਆ ਗਈ ਨਾ ਕਿ ਤਾਂ ਹੁਣ ਸਾਰਾ ਕੁਝ ਹੀ ਜਾਈ ਜਾਂਦਾ ਸੋ ਕਿਰਪਾ ਕਰਕੇ ਉਹ ਬੰਦੇ ਨਾ ਬੋਲਣ ਜਿਨ੍ਹਾਂ ਨੇ ਇਸੇ ਗੰਗਾ ਜੱਤ ਉੱਤੇ ਹੋਏ ਨੇ ਤੋਂ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਆਪਣੀ ਪਾਰਟੀ ਸੰਭਾਲ ਲਓ ਹਰ ਰੋਜ਼ ਕੋਈ ਨਾ ਕੋਈ ਗਾਣਾ ਗੱਡ ਕੇ ਉਹਨਾਂ ਨੂੰ ਚਲਾ ਜਾਂਦਾ ਹੈ ਕੁਝ ਵੱਡੇ ਹਾਦਸਿਆਂ ਦੀ ਜਾਣਕਾਰੀ ਦੇ ਦਿੰਨੇ ਆ ਮਾਜੇ ਤੋਂ ਉਦਾਸ ਕਰਨ ਵਾਲੀਆਂ ਖਬਰਾਂ ਨੇ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਪਿੱਖੀਵਿੰਡ ਦੇ ਵਿੱਚ ਸ਼ੁੱਕਰਵਾਰ ਸਵੇਰੇ ਸਕੂਲ ਬੈਂ ਦੇ ਨਾਲ ਟੱਕਰ ਦੇ ਵਿੱਚ ਮੋਟਰਸਾਈਕਲ ਸਵਾਰ ਸਕੂਲ ਵਿਦਿਆਰਥੀ ਦੀ ਮੌਤ ਹੋ ਗਈ ਜਦਕਿ ਉਸਦੇ ਨਾਲ ਬੈਠੇ ਦੋ ਹੋਰ ਨੌਜਵਾਨ ਜ਼ਖਮੀ ਹੋ ਗਏ ਤਿੰਨੇ ਨੌਜਵਾਨ ਮੋਟਰਸਾਈਕਲ ਤੇ ਪਿੱਖੀਵਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਵੱਲ ਜਾ ਰਹੇ ਸਨ ਕਿ ਉਹਨਾਂ ਦਾ ਮੋਟਰਸਾਈਕਲ ਟੋਏ ਦੇ ਵਿੱਚੋਂ ਬੁੜਕ ਕੇ ਸਾਹਮਣੇ ਤੋਂ ਆ ਰਹੀ ਸਕੂਲ ਬੈਂ ਦੇ ਵਿੱਚ ਜਾ ਵਜਿਆ ਜਿਸ ਕਾਰਨ ਮੋਟਰਸਾਈਕਲ ਸਵ ਦੱਲ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਤੇ ਉਸਦੇ ਨਾਲ ਬੈਠੇ ਅਰਸ਼ਦੀਪ ਸਿੰਘ ਤੇ ਸੁਖਦੀਪ ਸਿੰਘ ਜ਼ਖਮੀ ਹੋ ਗਏ ਗੁਰਸਾਜਨ ਮਾਪਿਆਂ ਦਾ ਕੱਲਾ ਕੱਲਾ ਪੁੱਤ ਸੀ ਇਹ ਤਿੰਨੇ ਵਿਦਿਆਰਥੀ ਕਲਗੀਧਾ ਰਿਪਬਲਿਕ ਸਕੂਲ ਪਿੱਖੀਵਿੰਡ ਦੇ ਵਿਦਿਆਰਥੀ ਸਨ ਇਸੇ ਤਰ੍ਹਾਂ ਤਰਨਤਾਰਨ ਦੇ ਆਰਮੀ ਪਬਲਿਕ ਸਕੂਲ ਗੜਾਣਾ ਦੇ ਵਿੱਚ ਪੜਨ ਵਾਲਾ 13 ਸਾਲਾਂ ਦਾ ਸਾਹਿਲ ਪ੍ਰੀਤ ਰੋਜ਼ਾਨਾ ਵਾਂਗ ਜਦੋਂ ਆਪਣੀ ਸਕੂਲ ਵੈਨ ਦੇ ਵਿੱਚ ਸਕੂਲ ਨੂੰ ਜਾ ਰਿਹਾ ਸੀ ਤਾਂ ਰਾਹ ਦੇ ਵਿੱਚ ਹੀ ਵੈਨ ਦੀ ਟਰੱਕ ਦੇ ਨਾਲ ਜ਼ਬਰਦਸਤ ਟੱਕਰ ਹੋ ਗਈ ਤੇ ਸਾਹਿਲ ਪ੍ਰੀਤ ਦੀ ਮੌਤ ਹੋ ਗਈ ਦੁਰਘਟਨਾ ਇੰਨੀ ਭਿਆਨਕ ਸੀ ਕਿ ਬੱਸ ਦਾ ਬੁਰਾ ਹਾਲ ਹੋ ਗਿਆ ਪਰ ਖੱਟੇ ਉੱਡੇ ਗੇ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ ਮੀਆਂਵਣ ਤੋਂ ਥੋੜੀ ਮੀਆਂਵਿੰਡ ਤੋਂ ਥੋੜੀ ਦੂਰੀਕ ਬਜਰੀ ਨਾਲ ਭਰੇ ਟਰੱਕ ਨੇ ਦਰਅਸਲ ਸਕੂਲ ਵੈਨ ਨੂੰ ਬਹੁਤ ਹੀ ਤੇਜ਼ ਟੱਕਰ ਮਾਰ ਦਿੱਤੀ ਤੇ 7ਵੀਂ ਕਲਾਸ ਵਿੱਚ ਪੜਨ ਵਾਲਾ ਸਾਹਿਲ ਪ੍ਰੀਤ ਗੰਭੀਰ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਪਰ ਜਾਨ ਨਹੀਂ ਬਚਾਈ ਜਾ ਸਕੀ ਸੁਨਾਮ ਤੋਂ ਅਪਰਾਧ ਜਗਤ ਦੇ ਨਾਲ ਜੁੜੀ ਹੋਈ ਖਬਰ ਹੈ ਜਿੱਥੇ ਦੋਸਤੀ ਨੂੰ ਸ਼ਰਮਸਾਰ ਅਤੇ ਗੁੱਸੇ ਵਿੱਚ ਆਪਾ ਖੋਣ ਦਾ ਖੌਫਨਾਕ ਮਾਮਲਾ ਸਾਹਮਣੇ ਆਇਆ ਇੱਕ ਦੋਸਤ ਨੇ ਆਪਣੇ ਜਿਗਰੀ ਦੋਸਤ ਦਾ ਸਿਰਫ ਇਸੇ ਕਰਕੇ ਇਸੇ ਲਈ ਕਤਲ ਕਰ ਦਿੱਤਾ ਕਿਉਂਕਿ ਉਸਨੇ ਉਸ ਨੂੰ ਸਟੇਜ ਡਾਂਸ ਕਰਨ ਤੋਂ ਰੋਕਿਆ ਸੀ ਬਦਲਾ ਲੈਣ ਦੇ ਲਈ ਦੋਸਤ ਨੇ ਮੌਕੇ ਦੀ ਤਲਾਸ਼ ਕੀਤੀ ਉਹਦੇ ਨਾਲ ਢਾਬੇ ਤੇ ਖਾਣਾ ਖਾਦਾ ਤੇ ਫਿਰ 6 ਗੋਲੀਆਂ ਮਾਰ ਕੇ ਫਰਾਰ ਹੋ ਗਿਆ ਦਰਅਸਲ ਦੋਵੇਂ ਕਿਸੇ ਵਿਆਹ ਸਮਾਗਮ ਤੇ ਗਏ ਸਨ ਪਾਰਟੀ ਦੇ ਵਿੱਚ ਜਦੋਂ ਇੱਕ ਦੋਸਤ ਨੱਚਣ ਲੱਗਿਆ ਦੂਸਰੇ ਨੇ ਉਹਨੂੰ ਮਨਾ ਕਰ ਦਿੱਤਾ ਬਸ ਇਸੇ ਗੱਲ ਤੋਂ ਗੁੱਸਾ ਖਾ ਗਿਆ ਜਦੋਂ ਵਾਪਸ ਆ ਰਹੇ ਸੀ ਰਾਹ ਵਿੱਚ ਢਾਬੇ ਤੇ ਰੁਕੇ ਤੇ ਉਹਨੂੰ ਮਾਰ ਦਿੱਤਾ ਮ੍ਰਿਤਕ ਸੁਖਜਿੰਦਰ ਸਿੰਘ ਛੱਠਾ ਸੁਨਾਮ ਸੰਗਰੂਰ ਕੈਂਚੀਆਂ ਦੇ ਨੇੜਲੇ ਪਿੰਡ ਸਿੰਘਪੁਰਾ ਦਾ ਰਹਿਣ ਵਾਲਾ ਸੀ ਪੰਜਾਬ ਦੇ ਸਿੱਖਿਆ ਵਿਭਾਗ ਨੇ ਕੰਟ੍ਰੈਕਟ ਤੇ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਇਸ ਲਈ ਸਰਕਾਰ ਨੇ 10 ਨੰਬਰੀ ਫਾਰਮੂਲਾ ਲਾਇਆ ਪਾਲਿਸੀ ਦੇ ਮੁਤਾਬਿਕ ਜਿਨ੍ਹਾਂ ਕੱਚੇ ਅਧਿਆਪਕਾਂ ਤੇ ਮੁਲਾਜ਼ਮਾਂ ਨੇ ਲਗਾਤਾਰ 10 ਸਾਲ ਸਿੱਖਿਆ ਵਿਭਾਗ ਦੇ ਵਿੱਚ ਕੰਮ ਕੀਤਾ ਹੈ ਉਹਨਾਂ ਨੂੰ ਰੈਗੂਲਰ ਕੀਤਾ ਜਾਏਗਾ 10-10 ਸਾਲਾਂ ਦੀ ਡਿਊਟੀ ਵਾਲਿਆਂ ਨੂੰ ਕੱਚਿਆਂ ਨੂੰ ਰੈਗੂਲਰ ਕਰਨ ਦੇ ਲਈ ਸਭ ਤੋਂ ਪਹਿਲੀ ਸ਼ਰਤ ਰੱਖੀ ਗਈ ਹੈ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹ ਕੱਚਾ ਸ਼ਬਦ ਪੰਜਾਬ ਦੀ ਸਰਕਾਰੀ ਨੌਕਰੀ ਦੇ ਸਰਕਾਰੀ ਨੌਕਰੀਆਂ ਦੀ ਜਿਹੜੀ ਕੈਟਾਗਰੀ ਹੈ ਉਹਦੇ ਵਿੱਚੋਂ ਹਮੇਸ਼ਾ ਲਈ ਹਟਾ ਦੇਣਗੇ ਇਸੇ ਦੇ ਤਹਿਤ ਹੁਣ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਕਹਿੰਦੇ ਸ਼ੁਰੂ ਕੀਤੀ ਹੈ ਰੈਗੂਲ ਹੋ ਜਾਣ ਹੋਣ ਜਾ ਰਹੇ ਮੁਲਾਜ਼ਮਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾਣਗੇ ਜਨਮ ਸਰਟੀਫਿਕੇਟ ਸਿੱਖਿਆ ਦੀ ਕਾਬਲੀਅਤ ਦਾ ਪ੍ਰਮਾਣ ਪੱਤਰ ਨਿਯੁਕਤੀ ਪੱਤਰ ਹਾਜ਼ਰੀ ਦਾ ਸਰਟੀਫਿਕੇਟ ਕਿ 10 ਸਾਲ ਉਹਨਾਂ ਨੇ ਸਰਵਿਸ ਕੀਤੀ ਹੈ ਸਰਵਿਸ ਨੂੰ ਲੈ ਕੇ ਡੀ ਡੀ ਪੀਓ ਦੇ ਵੱਲੋਂ ਜਾਰੀ ਸਰਟੀਫਿਕੇਟ ਇਹ ਸਾਰੇ ਨੇ ਜਿਹੜੇ ਆਨਲਾਈਨ ਪੋਰਟਲ ਦੇ ਰਾਹੀਂ ਦਸਤਾਵੇਜ਼ ਚੈੱਕ ਕੀਤੇ ਜਾਣਗੇ ਚੰਡੀਗੜ੍ਹ ਦੇ ਵਿੱਚ ਗੁਲਾਬਾਂ ਦਾ ਮੇਲਾ ਸ਼ੁਰੂ ਹੋ ਗਿਆ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤੱਕ 3 ਦਿਨ ਇਹ ਮੇਲਾ ਚੱਲੂਗਾ ਇਸ ਦਾ ਉਦਘਾਟਨ ਸ਼ੁੱਕਰਵਾਰ ਨੂੰ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਕੀਤਾ ਕਰੋਨਾ ਕਾਲ ਤੋਂ ਬਾਅਦ ਇਹ ਪਹਿਲਾ ਤੇ ਹੁਣ ਤੱਕ ਦਾ 51ਵਾਂ ਰੋਜ਼ ਫੈਸਟੀਵਲ ਹੈ ਭਾਂਤ ਭਾਂਤ ਦੇ ਫੁੱਲਾਂ ਦੇ ਨਾਲ ਮੈਕਣ ਵਾਲੇ ਇਸ ਮੇਲੇ ਦੇ ਵਿੱਚ ਲੋਕਾਂ ਦੀ ਭੀੜ ਆਪ ਮੁਹਾਰੇ ਹੀ ਪਹੁੰਚ ਰਹੀ ਹੈ ਇਸ ਗੁਲਾਬਾਂ ਦੇ ਮੇਲੇ ਵਿੱਚ 831 ਵੱਖ-ਵੱਖ ਕਿਸਮਾਂ ਦੇ ਗੁਲਾਬ ਦੇਖਣ ਨੂੰ ਮਿਲਣਗੇ ਪਿਛਲੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਹਟਾਏ ਜਾਣ ਤੋਂ ਬਾਅਦ ਹੁਣ ਡਾਕਟਰ ਸਤਵੀਰ ਵੇਦੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਚੇਅਰਮੈਨ ਲਾ ਦਿੱਤਾ ਗਿਆ ਹੈ ਸੁਪਰੀਮ ਕੋਰਟ ਨੇ ਇੱਕ ਨਵਾਂ ਬਿਆਨ ਜਾਰੀ ਕਰਕੇ ਕਿਹਾ ਹੈ ਦਿੱਲੀ ਐਮਸੀਡੀ ਚੋਣਾਂ ਨੂੰ ਲੈ ਕੇ ਦਿੱਲੀ ਨਗਰ ਨਿਗਮ ਦੇ ਨਾਮਜ਼ਦ ਮੈਂਬਰ ਮੇਅਰ ਦੀ ਚੋਣ ਵਿੱਚ ਵੋਟਾਂ ਨਹੀਂ ਪਾ ਸਕਣਗੇ ਨਵਾਂ ਕਾਨੂੰਨ ਬਣਾਇਆ ਗਿਆ ਦਿੱਲੀ ਦੇ ਮੇਅਰ ਨੂੰ ਐਮਸੀਡੀ ਦੀ ਪਹਿਲੀ ਮੀਟਿੰਗ ਦੇ ਵਿੱਚ ਚੁਣਿਆ ਜਾਣਾ ਚਾਹੀਦਾ ਹੈ ਇੱਕ ਵਾਰ ਚੁਣੇ ਜਾਣ ਤੋਂ ਬਾਅਦ ਉਸ ਨੂੰ ਡਿਪਟੀ ਮੇਅਰ ਦੀ ਚੋਣ ਵਿੱਚ ਪ੍ਰੈਜ਼ਾਈਡਿੰਗ ਆਫੀਸਰ ਵਜੋਂ ਕੰਮ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜੀਵਾਲ ਨੇ ਸੁਪਰੀਮ ਕੋਰਟ ਦੇ ਫੈਸਲੇ ਤੇ ਪ੍ਰਤੀਕਿਰਿਆ ਦਿੰਦਾ ਕਿਹਾ ਹੈ ਕਿ ਲੋਕਤੰਤਰ ਦੀ ਜਿੱਤ ਹੋਈ ਹੈ ਸੁਪਰੀਮ ਕੋਰਟ ਦਾ ਬਹੁਤ-ਬਹੁਤ ਧੰਨਵਾਦ ਵੱਡੀ ਖਬਰ ਅ ਵਧਣ ਦੇ ਲਈ ਚੀਨ ਦੇ ਫੌਜੀ ਹਮਲੇ ਦਾ ਵਿਰੋਧ ਕਰਦੇ ਹੋਏ ਅਮਰੀਕੀ ਸੈਨੇਟ ਨੇ ਅਰਨਾਚਲ ਪ੍ਰਦੇਸ਼ ਨੂੰ ਭਾਰਤ ਦੇ ਅਣਖੜਵੇਂ ਅੰਗ ਵਜੋਂ ਮਾਨਤਾ ਦੇਣ ਲਈ ਪ੍ਰਸਤਾਵ ਪੇਸ਼ ਕੀਤਾ। ਪ੍ਰਸਤਾਵ ਦੇ ਵਿੱਚ ਚੀਨ ਨੂੰ ਅਸਲ ਕੰਟਰੋਲ ਰੇਖਾ ਤੇ ਸਥਿਤੀ ਨੂੰ ਬਦਲਣ, ਵਿਵਾਦੇਤ ਇਲਾਕਿਆਂ ਦੇ ਵਿੱਚ ਪਿੰਡ ਬਣਾਉਣ, ਭਾਰਤੀ ਸੂਬੇ ਅਰਨਾਚਲ ਦੇ ਸ਼ਹਿਰਾਂ ਤੇ ਖੇਤਰਾਂ ਵਿੱਚ ਆਪਣੀ ਭਾਸ਼ਾ ਦੇ ਨਾਵਾਂ ਵਾਲੇ ਨਕਸ਼ੇ ਪ੍ਰਕਾਸ਼ਿਤ ਕਰਨ ਅਤੇ ਪੁਟਾਨ ਦੇ ਵਿੱਚ ਚੀਨੀ ਟਿਕਾਣਿਆਂ ਦੀ ਸਥਾਪਨਾ ਕਰਨ ਦੀ ਨਿੰਦਾ ਕੀਤੀ ਗਈ ਹੈ। ਟਵਿੱਟਰ ਦੇ ਖਰਚੇ ਘਟਾਉਣ ਅਤੇ ਕੰਪਨੀ ਨੂੰ ਮੁਨਾਫੇ ਵਾਲੀ ਬਣਾਉਣ ਦੇ ਇਰਾਦੇ ਨਾਲ ਟਵਿੱਟਰ ਦੇ ਮਾਲਕ ਐਲਨ ਮਸਕ ਨੇ ਭਾਰਤ ਵਿਜਲੇ ਆਪਣੇ ਦੇ ਦਫ਼ਤਰਾਂ ਦੇ ਵਿੱਚੋਂ ਦੋ ਨੂੰ ਬੰਦ ਕਰ ਦਿੱਤਾ ਹੈ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦਾ ਨਿਰਦੇਸ਼ ਦਿੱਤਾ ਹੈ ਟਵਿੱਟਰ ਨੇ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਅਤੇ ਵਿੱਤੀ ਹੱਬ ਮੁੰਬਈ ਦੇ ਵਿੱਚ ਆਪਣੇ ਦਫ਼ਤਰ ਬੰਦ ਕਰ ਦਿੱਤੇ ਨੇ ਬੰਗਲੌਰ ਦੇ ਦੱਖਣੀ ਤਕਨੀਕੀ ਕੇਂਦਰ ਦੇ ਵਿੱਚ ਦਫ਼ਤਰ ਚਲਾਉਣਾ ਜਾਰੀ ਰਹੇਗਾ ਪਿਛਲੇ ਸਾਲ ਨਵੰਬਰ ਦੇ ਵਿੱਚ ਇਲਨ ਮਸਕ ਨੇ ਭਾਰਤ ਵਿੱਚ ਆਪਣੇ 90% ਤੋਂ ਵੱਧ ਸਟਾਫ ਨੂੰ ਵੀ ਕੱਢ ਦਿੱਤਾ ਸੀ ਵਿਸ਼ੇ ਪੱਧਰ ਤੇ ਟਵਿੱਟਰ ਨੇ ਆਪਣੇ 60% ਤੋਂ ਵੱਧ ਸਟਾਫ ਦੀ ਛੁੱਟੀ ਕਰ ਦਿੱਤੀ ਹੈ ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ ਸਵੇਰ ਦੀਆਂ ਖਬਰਾਂ ਵਿੱਚ ਫਿਰ ਮਿਲਾਂਗੇ ਧੰਨਵਾਦ